ਇਦਾਂ ਕਰੋ ਅਸੀਂ ਦਾਲ ਧਰ ਲਓ ਹਾਂ ਬਹੁਤ ਹੋਰ ਵੀ ਕੰਮ ਹੈਗੇ ਮੈਨੂੰ ਸਾਰੇ ਘਰ ਦੇ ਕੰਮ ਨੇ ਸਿਆਪੇ ਮੈਂ ਹੀ ਨਹੀਂ ਨਿਬੇੜਨੇ ਹੁੰਦੇ ਕੋਈ ਕੰਮ ਕਰਦਾ ਕੋਈ ਹੋਰ ਵੀ ਕਰ ਲਿਆ ਕਰੇ ਜਦੋਂ ਕਿਸੇ ਦਾ ਲੀੜਾ ਕੋਈ ਪਾੜ ਜਾਵੇ ਗੁਲਾਬੋ ਸਿਉਂ ਦੇ ਹੈ ਕੋਈ ਪ੍ਰੈਸ ਕਰਨੀ ਹੋਵੇ ਗੁਲਾਬੋ ਤੂੰ ਕਰ ਦੇ ਧੋਣੇ ਹੋਣ ਗੁਲਾਬੋ ਤੂੰ ਕਰ ਦੇ ਗੁਲਾਬੋ ਨੇ ਟੱਬਰ ਦੇ ਅੰਦਰ ਠੇਕਾ ਲਿਆ ਹੋਇਆ ਮੈਂ ਨਹੀਂ ਲਿਆ ਕਿਸੇ ਦਾ ਠੇਕਾ ਚੜ ਗਿਆ ਮੈਨੂੰ ਵੱਟ ਓਹੋ ਤੁਹਾਨੂੰ ਮੈਂ ਕਿਆ ਦੱਸਾਂ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੀ ਗੁਲਾਬੋ ਅਕਸਰ ਪਰੇਸ਼ਾਨ ਹੀ ਰਹਿੰਦੀ ਹੈ ਭਾਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਸੀਂ ਵੇਖ ਰਹੇ ਹੋ ਗੱਲਾਂ ਵਿਦ ਗੁਲਾਬੋ ਔਰ ਆਪਣਾ ਟੀ ਵੀ ਚੈਨਲ ਉਹੀ ਗਲੋਬਲ ਪੰਜਾਬ ਟੀ ਵੀ ਹੁਣ ਇਹਦੇ ਪਰ ਮੈਂ ਤੁਹਾਨੂੰ ਕਿਆ ਦੱਸਾਂ ਮੈਂ ਤਾਂ ਨਾ ਦਰਅਸਲ ਬੈਠ ਗਈ ਅੱਜ ਥੋੜ੍ਹਾ ਚਿਰ ਵਾਸਤੇ ਨਾ ਸਾਡੇ ਮਹੱਲੇ ਦੀਆਂ ਤੀਵੀਆਂ ਦੇ ਵਿੱਚ ਜਾ ਕੇ ਹੁਣ ਤੁਹਾਨੂੰ ਪਤਾ ਹੀ ਹੈ ਨਾ ਥੋੜ੍ਹਾ ਥੋੜ੍ਹਾ ਜਿਹਾ ਠੰਡ ਦਾ ਮੌਸਮ ਇੱਧਰ ਵੀ ਸ਼ੁਰੂ ਹੋ ਗਿਆ ਸੋ ਇਸੇ ਕਰਕੇ ਸਾਰੀਆਂ ਮੰਜਾਂ ਡਾਲ ਲੈਂਦੀਆਂ ਧੁੱਪ ਦੇ ਵਿੱਚ ਉੱਥੇ ਬਹਿ ਜਾਂਦੀਆਂ ਕੋਈ ਆਪਣੀ ਸੂਈ ਸਿਲਾਈ ਦਾ ਕੰਮ ਕਰ ਲੈਂਦੀਆਂ ਆਂਟੀਆਂ ਕੋਲ ਤਾਂ ਸਵੈਟਰਾਂ ਬੁਣਨ ਦਾ ਕੰਮ ਹੁੰਦਾ ਡਿਜ਼ਾਇਨਾਂ ਇੱਕ ਦੂਜੇ ਤੋਂ ਪੁੱਛਦੀਆਂ ਰਹਿੰਦੀਆਂ ਪਰ ਮੈਂ ਕਿਆ ਕਰਾਂ ਮੈਂ ਤਾਂ ਫਸ ਗਈ ਮੈਂ ਤਾਂ ਆਂਟੀਆਂ ਦੇ ਵਿੱਚ ਜਾ ਕੇ ਉੱਥੇ ਬੈਠੀ ਅਤੇ ਉਹਨਾਂ ਦੀਆਂ ਕਿਤੇ ਚੁਗਲੀਆਂ ਹਾਏ ਓਏ ਰੱਬਾ ਇੰਨੇ ਪਾਪ ਮੈਂ ਕਿਆ ਦੱਸਾਂ ਕਿੰਨੇ ਪਾਪ ਹੁਣ ਇਸੇ ਕਰਕੇ ਨਾ ਮੈਂ ਤਾਂ ਸੋਚ ਲਿਆ ਭਾਈ ਮੈਂ ਤਾਂ ਨਾ ਇਸ ਵਾਰੀ ਸਰਦੀ ਦੇ ਵਿੱਚ ਬਿਲਕੁਲ ਵੀ ਬਾਹਰ ਨਹੀਂ ਬਹਿਣਾ ਆਂਟੀਆਂ ਦੀਆਂ ਗੱਲਾਂ ਨਾ ਸੁਣਨੀਆਂ ਅਤੇ ਨਾ ਉਹਨਾਂ ਨੂੰ ਦੱਸਣੀਆਂ ਇੱਥੇ ਦੀ ਗੱਲ ਉੱਥੇ ਉੱਥੇ ਦੀ ਗੱਲ ਇੱਥੇ ਇਹਦੀ ਗੱਲ ਉਹਨੂੰ ਉਹਦੀ ਗੱਲ ਉਹਨੂੰ ਕਿੰਨਾ ਹੀ ਕੰਮ ਕਰਦੀਆਂ ਇਹ ਤਾਂ ਸਾਰਾ ਦਿਨ ਕਹਿਣੀ ਹੈ ਅਸੀਂ ਬੀਜ਼ੀ ਬਾਲੀਆਂ ਰਹਿੰਦੀਆਂ ਸਵਾਹ ਮਿੱਟੀ 'ਤੇ ਸਵਾਹ ਬੀਜ਼ੀ ਰਹਿੰਦੀਆਂ ਇਹ ਪਰ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜਿੱਦਾਂ ਕਿ ਮੈਂ ਤਾਂ ਆਪਣੇ ਘਰ ਦੇ ਵਿੱਚ ਅੱਜ ਬਹਿ ਕੇ ਸੋਚ ਲਿਆ ਕਿ ਵੀ ਘਰ ਦੇ ਜਿਹੜੇ ਇਹਨਾਂ ਦੇ ਇਹ ਦਾਦੀ ਦੇ ਮੰਮੀ ਦੇ ਡੈਡੀ ਦੇ ਨਿੱਕੇ ਨਿਆਣਿਆਂ ਦੇ ਹੈ ਦਾਦੇ ਦੇ ਦਾਦੀ ਦੇ ਸਾਰਿਆਂ ਦੇ ਲੀੜੇ ਜਿਹੜੇ ਪਾਟੇ ਹੋਏ ਇਹ ਸੀ ਦੇਣੇ ਘਰ 'ਚ ਬਹਿ ਕੇ ਸੂਈ ਧਾਗਾ ਵੀ ਲੈ ਆਈਆਂ ਪਰ ਨਾ ਆਹ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਲੇਡੀਆਂ ਹੁੰਦੀਆਂ ਮੇਰਾ ਮਤਲਬ ਤੀਵੀਆਂ ਹੁੰਦੀਆਂ ਇਹ ਬੰਦੇ ਹੁੰਦੇ ਜਿਹੜੇ ਵਿਹਲੇ ਹੁੰਦੇ ਉਹ ਘਰੇ ਟਾਈਮ ਕਿਵੇਂ ਪਾਸ ਕਰਦੇ ਆ ਫੋਨ ਆ ਗਿਆ ਪਹਿਲਾਂ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਕਿੱਥੋਂ ਬੋਲਦੇ ਹੋ ਬੋਲਦੇ ਇੱਥੇ ਜੀ ਕੈਲੀਫੋਰਨੀਆ ਤੋਂ ਟਲੈਰੀ ਕਾਉਂਟੀ ਤੋਂ ਜੀ ਨਾਮ ਕੀ ਹੈ ਤੁਹਾਡਾ ਜੀ ਨਾਮ ਮੇਰਾ ਹੈਗਾ ਜੀ ਬਲਵੀਰ ਸਿੰਘ ਬਲਵੀਰ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਵਿਆਹੇ ਵਰੇ ਆ ਕਿ ਛੜੇ ਛੜਾਂਗਾ ਮੈਂ ਕਿਹਾ ਜੀ ਤੁਹਾਨੂੰ ਕਿੱਦਾਂ ਦਾ ਚਾਹੀਦਾ ਉਦਾਂ ਦੇ ਬਣ ਜਾਂਦੇ ਆਪਾਂ ਓਏ ਹੋਏ 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 ਬੋਟੀ ਤਾਂ ਮੇਰੀ ਕੋਲ ਹੀ ਬੈਠੀ ਆ ਓਏ ਹੋਏ ਹੋਏ ਕੀ ਹੋ ਗਿਆ ਬੋਟੀ ਤਾਂ ਮੇਰੀ ਕੋਲ ਹੀ ਬੈਠੀ ਆ ਕੋਲ ਹੀ ਬੈਠੀ ਆ ਫਿਰ ਤਾਂ ਵਿਆਹੇ ਹੀ ਚੰਗੇ ਹੋ ਭਰਾਵਾ ਮੈਂ ਤਾਂ ਕਹਿੰਦੀ ਆ ਭਾਬੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਛਾ ਜੀ ਤੇ ਉਹ ਮੈਂ ਕਿਹਾ ਪੁੱਛਦੀ ਸੀ ਕਹਿੰਦੀ ਸੂਟ ਦੱਸ ਪਹਿਲਾਂ ਕਿੱਥੋਂ ਲਿਆ ਕਹਿੰਦੀ ਬੜੇ ਸੋਹਣੇ ਸੋਹਣੇ ਸੂਟ ਪਾ ਕੇ ਆਉਂਦੇ ਮੈਂ ਭਾਬੀ ਨੂੰ ਇੱਕ ਗੱਲ ਦੱਸਦਾ ਭਾਬੀ ਮੰਗਵੇਂ ਸੂਟ ਹਮੇਸ਼ਾ ਸੋਹਣੇ ਲੱਗਦੇ ਆ ਆਹ ਬੁਟੀਕ ਵਾਲਿਆਂ ਤੋਂ ਮੰਗਾ ਮੰਗਾ ਕੇ ਮੈਨੂੰ ਦਿੰਦੇ ਆ ਮੇਰਾ ਆਪ ਦਾ ਨਹੀਂ ਹੈਗਾ ਇਹ ਵਾਲਾ ਜਿੱਦਣ ਆਪ ਦਾ ਪਾ ਕੇ ਆਉਂਦੀ ਦੱਸ ਦਿੰਦੀ ਹੁੰਦੀ ਆ ਮੈਂ ਜਿਹੜੀ ਮਰਜ਼ੀ ਰੇਹੜੀ ਮਾਰਕੀਟ ਚ ਵਗ ਜਾ ਸੂਟ ਹੀ ਸੂਟ ਹੈ ਵੀਰੇ ਫਿਰ ਕਿਆ ਹੋਇਆ ਥੋੜੀ ਦੇਰ ਤੁਸੀਂ ਚੱਕ ਲੋ ਹੈ ਤੁਹਾਡੇ ਹੀ ਆ ਹੈਲੋ ਸਤਿ ਸ੍ਰੀ ਅਕਾਲ ਭਾਬੀ ਤੁਸੀਂ ਬਾਹਰ ਮੰਜੇ ਨੀ ਡਾਉਂਦੀਆਂ ਹੁੰਦੀਆਂ ਸੜਕ ਪਰ ਗਰਾਊਂਡਾਂ ਚ ਫਿਰ ਕਦੀ ਜ਼ਿੰਦਗੀ ਆ ਮੈਂ ਤਾਂ ਸੋਚਿਆ ਤੁਸੀਂ ਵੀ ਬਾਹਰ ਉੱਥੇ ਮੰਜੇ ਡਾ ਲੈਂਦੇ ਹੁੰਦੇ ਆਪਣੇ ਘਰ ਦੇ ਬਾਹਰ ਧੁੱਪਾਂ ਸੇਕਦੇ ਹੋਣੇ ਸਰਦੀਆਂ ਦੇ ਵਿੱਚ ਨਹੀਂ ਅਸੀਂ ਤਾਂ ਨਹੀਂ ਡਾਉਂਦੇ ਬਈ ਅੱਛਾ ਤੁਸੀਂ ਮਿਸ ਨਹੀਂ ਕਰਦੇ ਇੱਥੇ ਇੰਡੀਆ ਦੇ ਵਿੱਚ ਤਾਂ ਇਦਾਂ ਬਹੁਤ ਨਜ਼ਾਰੇ ਵੇਖਣ ਨੂੰ ਮਿਲਦੇ ਆ ਇੰਡੀਆ ਵਾਲਾ ਹਾਂ ਇੰਡੀਆ ਨੂੰ ਮਿਸ ਤਾਂ ਕਰ ਰਹੇ ਆ ਆਹੋ ਚਲੋ ਕੋਈ ਗੱਲ ਨਹੀਂ ਐਤਕੀ ਮਾਰੀ ਜਿਹੜੇ ਸਰਦੀਆਂ ਚੂਰੇ ਆ ਜਾਓ ਤੁਹਾਨੂੰ ਆਪੇ ਮਿਸ ਕਰਨਾ ਭੁੱਲ ਜਾਓਗੇ ਚੰਗਾ ਭਾਬੀ ਸਤਿ ਸ੍ਰੀ ਅਕਾਲ ਜਿਹੜਾ ਅਗਲਾ ਫੋਨ ਆ ਗਿਆ ਮੈਂ ਗੱਲ ਕਰ ਲਾਂ ਇੱਕ ਵਾਰੀ
ਭਾਬੀ ਨੂੰ ਵੀ ਸੂਟ ਦਵਾਉਣਾ ਹੀ ਪੈਣਾ ਹੁਣ ਇੱਕ ਹੀ ਵਾਰ ਤਾਂ ਅਗਲਾ ਫੋਨ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਫਰੋਲ ਕੇ ਰੱਖਤਾ ਕੀ ਦਾ ਨਿਆਣਾ ਲੋਕੀ ਵਿਹਲੇ ਤੇ ਹੈਗੇ ਲੋਕਾਂ ਨੂੰ ਚੁਗਲੀਆਂ ਕਰਨ ਦਾ ਕੰਮ ਹੈ ਇੱਥੇ ਲੋਕੀ ਵਿਹਲੇ ਨੀ ਹੈਗੇ ਅੱਛਾ ਨਹੀਂ ਪਰ ਤੁਸੀਂ ਟਾਈਮ ਕਿਵੇਂ ਪਾਸ ਕਰਦੇ ਹੁੰਦੇ ਉੱਥੇ ਜਿਹੜੇ ਘਰ 'ਚ ਰਹਿੰਦੇ ਹੁੰਦੇ ਸਾਨੂੰ ਕੰਮ ਬੜੇ ਨੇ ਉੱਥੇ ਲੋਕੀ ਵਿਹਲੇ ਨੇ ਹੁਣ ਸਰਦੀਆਂ ਆਈਆਂ ਨੇ ਵਿਹਲੀਆਂ ਬਹਿਣ ਕਰਨੀਆਂ ਧੁੱਪੇ ਚੁਗਲੀਆਂ ਕਰਨ ਨੂੰ ਇੰਡੀਆ ਕੰਮ ਤਾਂ ਹੈ ਨੀ ਕਿਸੇ ਨੂੰ ਜਨਾਨੀਆਂ ਸਭ ਵਿਹਲੀਆਂ ਨੇ ਨਹੀਂ ਪਰ ਫਿਰ ਤੁਹਾਨੂੰ ਮੇਰੀ ਗੱਲ ਸੁਣੋ ਤੁਹਾਨੂੰ ਨਹੀਂ ਹੁੰਦਾ ਵੀ ਮੈਨੂੰ ਪੜੋਸੀ ਦੀ ਗੱਲ ਪਤਾ ਲੱਗੇ ਕਿਹਦੇ ਘਰੇ ਕਿਆ ਹੋਇਆ ਕਿਹਦਾ ਕਲੇਸ਼ ਪਿਆ ਕਿਹਦੀ ਘਰ ਦੀ ਛੱਡ ਕੇ ਚੱਲ ਗਈ ਕਿਹਦੀ ਨਵੀਂ ਆਈ ਹੈ ਨਾ ਨਾ ਅਸੀਂ ਨਹੀਂ ਸੁਣਦੇ ਕੰਮ ਲੱਗੋ ਚੁਗਲੀਆਂ ਨਾ ਕਰਿਆ ਚੁਗਲੀਆਂ ਚ ਲੜਾਈਆਂ ਪੈਂਦੀਆਂ ਪਰ ਤੁਸੀਂ ਤੁਹਾਡੇ ਟਾਈਮ ਫਿਰ ਘਰ ਦੇ ਵਿੱਚ ਕਿੱਦਾਂ ਪਾਸ ਹੋ ਜਾਂਦੇ ਆ ਤੁਸੀਂ ਘਰ ਦੇ ਵਿੱਚ ਜਿੱਦਾਂ ਹੁਣ ਕਰਦੀਆਂ ਕਿਉਂ ਹੁੰਦੀਆਂ ਆਂਟੀ ਜੀ ਲੈ ਮੈਂ ਤਾਂ ਘਰ ਥੋੜਾ ਕੰਮ ਹੁੰਦਾ ਛੋਟਾ ਛੋਟਾ ਲੱਗੇ ਰਹਿੰਦੇ ਆ ਜਿਹੜੀਆਂ ਕੁੜੀਆਂ ਜੋਬ ਤੇ ਗਈਆਂ ਵਿਚਾਰੀਆਂ ਜੋਬ ਤੇ ਔਖੀਆਂ ਸ਼ਾਮ ਨੂੰ ਆ ਕੇ ਫਿਰ ਘਰਾਂ ਦੇ ਕੰਮ ਕਰਦੀਆਂ ਚੁਗਲੀਆਂ ਕਦੋਂ ਕਰਨਗੀਆਂ ਤੇ ਸਾਡੇ ਵਰਗੇ ਊਂ ਸਾਰਾ ਦਿਨ ਕਦੇ ਰੋਟੀ ਦਾ ਟਾਈਮ ਕਦੇ ਚਾਹ ਦਾ ਟਾਈਮ ਛੋਟਾ ਛੋਟਾ ਕੰਮ ਇੱਥੇ ਕਿਹੜੀਆਂ ਤੁਹਾਡੀਆਂ ਮਾਈਆਂ ਜਿਵੇਂ ਉੱਥੇ ਪੋਚੇ ਪੱਚੇ ਮਾਰ ਕੇ ਭੱਜ ਜਾਂਦੀਆਂ ਤੇ ਵਿਹਲੀਆਂ ਬਹਿ ਕੇ ਖਾ ਕੇ ਪਰੌਂਠੇ ਚੁਗਲੀਆਂ ਕਰਦੀਆਂ ਇੱਥੇ ਨੀ ਕੰਮ ਹੈਗਾ ਅਗਲਿਆਂ ਦੀ ਬਾਹਰ ਚੁਗਲੀਆਂ ਤੇ ਚੁਗਲੀਆਂ ਚੁਗਲੀਆਂ ਤੇ ਚੁਗਲੀਆਂ ਇੱਥੇ ਚੁਗਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਇੱਥੇ ਨਹੀਂ ਹੁੰਦੀਆਂ ਚੁਗਲੀਆਂ ਹਾਂਜੀ ਮੈਂ ਤੇ ਨਹੀਂ ਸੁਣੀਆਂ ਤੇ ਅੱਛਾ ਚੁਗਲੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੂੰ ਅੱਗ ਲੱਗੀ ਹੁੰਦੀ ਆ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਰਾਤੀ ਮੈਂ ਦੁਬਾਰਾ ਕਾਲ ਲਾਉਂਦੀ ਸਾਂ ਬਈ ਮੈਂ ਤਾਂ ਹੱਸ ਹੱਸ ਕੇ ਆਪਣਾ ਇੰਨਾ ਬੁਰਾ ਹਾਲ ਕੀਤਾ ਤੁਹਾਡਾ ਪ੍ਰੋਗਰਾਮ ਵੇਖ ਵੇਖ ਕੇ ਓਹੋ ਅੱਛਾ ਅੱਛਾ ਤਾਂ ਕੱਲ ਤਾਂ ਉਹ ਡਾਕਟਰ ਗੁਲਾਬੋ ਆਈ ਸੀ ਨਾ ਦੰਦਾਂ ਦੀ ਹਾਂਜੀ ਹਾਂਜੀ ਬਹੁਤ ਦੋਸਤੀ ਸਾਂ ਮੈਂ ਉਹਦਾ ਤਾਂ ਲੈਸੇ ਬਣੇ ਹੱਸ ਹੀ ਲਿਆ ਵੇ ਉਹਦਾ ਸਾਰਾ ਸਮਾਨ ਜ਼ਬਤ ਹੋ ਗਿਆ ਅੱਛਾ ਕਿਉਂ ਜ਼ਬਤ ਕਰਤ ਹੋ ਗਿਆ ਤੇਰੇ ਪੇਜ ਉਹ ਆਇਆ ਨਹੀਂ ਸੀ ਉਹ ਬਿੰਗੇ ਮੂੰਹ ਵਾਲਾ ਨਿਆਣੇ ਕਦੇ ਲੀੜੇ ਲਾਲੇ ਸਾਰੇ ਪਾੜ ਕੇ ਲਿਆਂਦੇ ਲੈ ਗੁਲਾਬੋ ਤੂੰ ਸਿਉਂ ਦੇ ਮੈਂ ਇਹਨਾਂ ਦਾ ਠੇਕਾ ਲਿਆ ਹੋਇਆ ਬਾਹਰ ਬੈਠੀ ਸੀ ਮੰਜਾ ਡਾ ਕੇ ਤੇ ਨਾ ਆਂਟੀਆਂ ਆ ਗਈਆਂ ਲਾਗੇ ਛੱਗ ਦੀਆਂ ਮੇਰੇ ਕੋਲ ਆ ਕੇ ਵੀ ਗੁਲਾਬੋ ਚੱਲ ਵੀ ਆਪਾਂ ਤੇਰੇ ਨਾਲ ਜਿਹੜਾ ਗੱਲਾਂ ਕਰ ਲੈਣੀ ਇੱਥੇ ਬਹਿ ਜਾਂਦੇ ਮੈਂ ਬਹਿ ਗਈ ਹੈ ਹਾਏ ਰੱਬਾ ਚੁਗਲੀਆਂ ਤੇ ਚੁਗਲੀਆਂ ਮੈਂ ਕਿਹਾ ਲੈ ਦਫਾ ਮਾਰੋ ਤੁਹਾਡੀਆਂ ਚੁਗਲੀਆਂ ਨੂੰ ਮੇਰੇ ਘਰੇ ਕੰਮ ਬਹੁਤ ਹੈ ਮੈਂ ਆਪਣੇ ਲੀੜੇ ਹਿਸਾਬ ਸੈੱਟ ਕਰ ਲੈਣੀ ਆ ਹਾਂ ਕਿਸੇ ਦਾ ਬਟਨ ਟੁੱਟਾ ਕਿਸੇ ਦੀ ਤਰਪਾਈ ਕਰਨ ਵਾਲੀ ਆ ਨਾਲੇ ਬਾਹਰ ਬਹਿ ਕੇ ਆਪਣਾ ਕੰਮ ਕਰੋ ਨਾਲੇ ਆਪਣੇ ਸਹੇਲੀਆਂ ਨਾਲ ਗੱਲਾਂ ਬਾਤਾਂ ਮਾਰੋ ਇੰਨੀਆਂ ਇਹ ਦੱਸੋ ਫੇ ਤੁਹਾਨੂੰ ਮੈਂ ਦੱਸਾਂ ਇਹ ਗੱਲਾਂ ਬਾਤਾਂ ਮਾਰਦੀਆਂ ਚੁਗਲੀਆਂ ਕਰਦੀਆਂ
ਮੇਰੇ ਘਰ ਦੇ ਨੇ ਚੁਗਲੀਆਂ ਮੈਨੂੰ ਕਰੀ ਜਾਂਦੀਆਂ ਭਾਵੇਂ ਮੇਰੇ ਦਾਦਾ ਮੇਰੀ ਦਾਦੀ ਦੇ ਸਿਰ ਪਾੜ ਦੇਵੇ ਇਹਨਾਂ ਨੇ ਕਿਆ ਲੈਣਾ ਨਹੀਂ ਨਹੀਂ ਮੇਰੀਆਂ ਚੁਗਲੀਆਂ ਵੀ ਨਹੀਂ ਹੁੰਦੀਆਂ ਸੌ ਗੱਲਾਂ ਹੁੰਦੀਆਂ ਆਪਣੇ ਬਹਿ ਕੇ ਆਪਣਾ ਹਾਸਾ ਕਹੇ ਨੂੰ ਸੌ ਪਾਉਂਦੀਆਂ ਇੱਥੇ ਹਾਸਾ ਜਿਹੜਾ ਹਾਸਾ ਪਾਵੇ ਨਾ ਚਲੋ ਕੋਈ ਨੀ ਅੱਛਾ ਤੁਸੀਂ ਵੀ ਆਪਣਾ ਟਾਈਮ ਵਧੀਆ ਪਾਸ ਕਰਿਆ ਕਰੋ ਮੈਂ ਨਾ ਤੁਹਾਡੇ ਘਰਦਿਆਂ ਨਾਲ ਸਾਰਿਆਂ ਨਾਲ ਹੀ ਗੱਲ ਕਰੂੰਗੀ ਫਿਰ ਕਿਸੇ ਦਿਨ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਨਾ ਸਤਿ ਸ਼੍ਰੀ ਅਕਾਲ ਅਗਲਾ ਫੋਨ ਆ ਗਿਆ ਹੈਲੋ ਹਾਂਜੀ ਗੁਲਾਬੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਕਿੱਥੋਂ ਬੋਲਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹਾਲ ਤਾਂ ਮੇਰਾ ਠੀਕ ਹੋਈ ਆ ਬਸ ਇਹ ਘਰਦਿਆਂ ਨੇ ਮੈਨੂੰ ਬੀਜੀ ਬਹੁਤ ਕਰਤਾ ਰਾਮਲੀਲਾ ਵਾਲੀ ਡਰੈਸ ਆ ਸਾਡਾ ਦਾਦਾ ਰਾਮਲੀਲਾ ਦੇ ਵਿੱਚ ਆਹੋ ਉੱਥੇ ਜਾ ਕੇ ਨਾ ਪਤਾ ਨੀ ਕਿਹੜਾ ਰਾਜਾ ਬਣ ਕੇ ਫੀਲਿੰਗ ਲੈਂਦਾ ਰਹਿੰਦਾ ਬਾਹਰ ਕੱਢ ਦਿੰਦੇ ਫੇਰ ਚੱਲ ਜਾਂਦਾ ਆਹੋ ਇਹਨਾਂ ਦੀ ਮੈਂ ਕਿਆ ਕਰਾਂ ਭੈਣ ਬੀਜੀ ਤਾਂ ਜੇ ਮੈਂ ਨਾ ਰਹਾ ਮੇਰਾ ਤਾਂ ਦਿਮਾਗ ਹੀ ਗੋਡਿਆਂ 'ਚ ਚੱਲ ਜਾਂਦਾ ਹਾਂ ਸੱਚ ਆਹੋ ਪਸੂੜੀ ਪਾਉਣਾ ਪਤਾ ਨੀ ਪਿੰਡ ਦੇ ਵਿੱਚ ਕਿੱਥੇ ਕਿੱਥੇ ਖੇ ਖਾ ਕੇ ਆਉਂਦਾ ਰਹਿੰਦਾ ਹਾਏ ਉਹ ਸੁਣ ਨਾ ਲਵੇ ਸਾਡੇ ਕੋਲ ਕਲੇਸ਼ ਪੈ ਜਾਣਾ ਬਹੁਤ ਸੋਹਣਾ ਲੱਗਦਾ ਮੈਂ ਉਹੀ ਪ੍ਰੋਡਕਸ਼ਨ ਵਾਲੇ ਨੂੰ ਗਾਲਾਂ ਕੱਢਤੀ ਆ ਸਵੇਰੇ ਸਵੇਰੇ ਮੈਂ ਕਿਹਾ ਸੂਟ ਨੀ ਸੋਹਣਾ ਲੈ ਕੇ ਆਇਆ ਤੂੰ ਹੁਣ ਤੁਸੀਂ ਸੋਰੀ ਕਰੋ ਉਹਨਾਂ ਨੂੰ ਓਏ ਵੀਰੇ ਉਹ ਜੱਪਿਆ ਉਹ ਸੋਰੀ ਸੋਰੀ ਦਿਆ ਸੋਰੀ ਕਹਿਤਾ ਹਾਏ ਗੁਲਾਬੋ ਭੈਣੇ ਬਾਰੇ ਨਹੀਂ ਚੰਗਾ ਲੱਗਦਾ ਤੇਰੇ ਨਾਲ ਗੱਲਾਂ ਕਰਕੇ ਭੈਣ ਮੇਰੇ ਨਾਲ ਤਾਂ ਗੱਲਾਂ ਕਰਨਾ ਚੰਗਾ ਲੱਗਦਾ ਮੈਨੂੰ ਆਹ ਦੱਸੋ ਬਾਹਰ ਟਾਈਮ ਕਿਵੇਂ ਪਾਸ ਕਰਦੀਆਂ ਹੁੰਦੀਆਂ ਤੁਸੀਂ ਸਾਰੀਆਂ ਘਰ ਦੇ ਵਿੱਚ ਵਿਹਲੀਆਂ ਬੈਠੀਆਂ ਮੇਰਾ ਸਾਰਾ ਦਿਨ ਘਰ ਦਾ ਕੰਮ ਨਹੀਂ ਮੁੱਕਦਾ ਲੈ ਘਰ 'ਚ ਕਿਆ ਇੱਕ ਵਾਰੀ ਸਬਜ਼ੀ ਬਣਾਈ ਦੂਈ ਵਾਰੀ ਸਬਜ਼ੀ ਬਣਾਈ ਤੀਜੀ ਵਾਰੀ ਸਬਜ਼ੀ ਬਣਾਈ ਰੋਟੀਆਂ ਲਾਉਣੀਆਂ ਹੋਰ ਕਿਆ ਕਰਨਾ ਤੁਸੀਂ ਤੁਹਾਡੇ ਮਿੱਟੀ ਤਾਂ ਆਉਂਦੀ ਨਹੀਂ ਝਾੜੂ ਪੋਚਾ ਵੀ ਕਰਨਾ ਬੇਟੀ ਦੇ ਬੱਚੇ ਵੀ ਸਾਂਭਣੇ ਤੁਸੀਂ ਰੋਜ਼ ਇਹ ਦਿਨ ਝਾੜੂ ਪੋਚਾ ਨਹੀਂ ਲਾਉਂਦੀਆਂ ਝੂਠ ਨਹੀਂ ਬੋਲਣਾ ਭੈਣੇ ਮੇਰੇ ਨਾਲ ਨਹੀਂ ਕਿਚਨ 'ਚ ਤਾਂ ਰੋਜ਼ ਕਰਨਾ ਪੈਂਦਾ ਬਾਥਰੂਮ ਤੇ ਕਿਚਨ ਤਾਂ ਰੋਜ਼ ਕਰਨਾ ਪੈਂਦਾ ਆਹੋ ਉਹ ਤਾਂ ਘਰ ਦਾ ਤੁਹਾਡੇ ਮੈਂ ਦੇਖ ਘਰ ਵਾਲੇ ਕੰਮ ਕਰਾਉਂਦੇ ਨਾਲ ਨਾ ਜੀ ਨਹੀਂ ਸਾਰੇ ਘਰ ਵਾਲੇ ਇਦਾਂ ਦੇ ਹੁੰਦੇ ਹਨ ਸਹੀ ਗੱਲ ਹੈ ਜੀ ਮੈਂ ਵੀ ਚਾਹ ਦੱਸਾਂ ਮੇਰਾ ਘਰ ਵਾਲਾ ਕੰਮ ਤੇ ਜਾਂਦਾ ਜੀ ਚੰਗਾ ਅੱਛਾ ਚਲੋ ਠੀਕ ਹੈ ਵਧੀਆ ਸਾਰੇ ਤੇ ਲੰਬੀਆਂ ਉਮਰਾਂ ਵਾਲੇ ਹੋਣ ਜੋਨ ਖੁਸ਼ ਰਹਿਣ ਰਾਜੀ ਬਾਜੀ ਰਹਿਣ ਮੈਨੂੰ ਜਰਾ ਅਗਲਾ ਫੋਨ ਆ ਗਿਆ ਭੈਣੇ ਮੇਰੇ ਗੱਲ ਕਰ ਲਾਂ ਹੈ ਓਕੇ ਓਕੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਚੁਗਲੀਆਂ ਤੋਂ ਪਰੇਸ਼ਾਨ ਹੋ ਗਈ ਮੈਂ ਤੇ ਹਾਂਜੀ ਕੀ ਕਰਦੇ ਆ ਮੈਂ ਕਿਆ ਤਾਂ ਕਰਦੀ ਆ ਇਹ ਘਰ ਦੇ ਵਿਚ ਤੁਹਾਨੂੰ ਪਤਾ ਸਾਡੇ ਨੇਤਾ ਦਿਨ ਦੀ ਕਦੀ ਕਿਸੇ ਦੇ ਕੋਈ ਲੀੜਾ ਝਾੜੂ ਪੋਚੇ ਸਾਰਾ ਕੁਛ ਤੁਸੀਂ ਦੱਸੋ ਤੁਸੀਂ ਕਿਆ ਕਰਦੇ ਹੁੰਦੇ ਹੋ ਜਦੋਂ ਵਿਹਲੇ ਹੁੰਦੇ ਹੋ ਹਾਂਜੀ ਮੰਗਵੇ ਕੱਪੜੇ ਤੁਹਾਨੂੰ ਪਤਾ ਵੈਸੇ ਵੀ ਜਿਆਦਾ ਹੀ ਸੋਹਣੇ ਲੱਗਦੇ ਹੁੰਦੇ ਡਰੈਸ ਬਹੁਤ ਵਧੀਆ ਤੁਹਾਡੀ ਥੈਂਕ ਯੂ ਮੰਗਵਾਇਆ ਅੱਛਾ ਮੈਨੂੰ ਇੱਕ ਗੱਲ ਦੱਸੋ ਆ ਬਾਹਰਲੇ ਮੁਲਕਾਂ ਦੇ ਵਿੱਚ ਮੰਗਵਾ ਸਾਨੂੰ ਵੀ ਦੇ ਦਿਓ ਆ ਲਓ ਜੀ ਆ ਤੁਸੀਂ ਲੈ ਲਓ ਜੀ ਤੁਹਾਡੇ ਆਉਂਦਾ ਜੀ ਆ ਲਓ ਜੀ ਕੁਰਤਾ ਲੈ ਲਓ ਅਸੀਂ ਵੀ ਪਾ ਲੈਂਦੇ ਆ ਇਹ ਮੇਰੀ ਦਾਦੀ ਦਾ ਕੁਰਤਾ ਆ ਦਾਦੀ ਦਾ ਆ ਇਹ ਆਉਣਾ ਨਹੀਂ ਸਾਡੇ ਆਉਣਾ ਨਹੀਂ ਅੱਛਾ ਚੰਗਾ ਆਂਟੀ ਮੈਨੂੰ ਨਾ ਜਿਹੜਾ ਇੱਕ ਹੋਰ ਫੋਨ ਆ ਗਿਆ ਜਿਹੜਾ ਮੈਂ ਉਹਨਾਂ ਨਾਲ ਵੀ ਗੱਲ ਕਰ ਲਾਂ ਦੇਖਾਂ ਜਿਹੜਾ ਉਹ ਕਿੱਦਾਂ ਟਾਈਮ ਪਾਸ ਕਰਦੇ ਆਪਣਾ ਤੁਸੀਂ ਤਾਂ ਮੈਨੂੰ ਦੇਖ ਕੇ ਟਾਈਮ ਪਾਸ ਕਰਦੇ ਆ ਚੰਗਾ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ। ਅਗਲਾ ਫੋਨ, ਹੈਲੋ ਹੈਲੋ ਗੁਲਾਬੋ, ਸਤਿ ਸ੍ਰੀ ਅਕਾਲ ਜੀ। ਕੌਣ ਬੋਲਦੇ, ਕਿੱਥੋਂ ਬੋਲਦੇ? ਨਿਊਯਾਰਕਲ ਤੋਂ ਬੋਲਦੀ ਆ ਭੈਣੇ, ਤੂੰ ਸੁਣਾ, ਅੱਜ ਤੇ ਬਹੁਤ ਹੀ ਬਿਜ਼ੀ ਲੱਗਦੀ ਆ। ਬਿਜ਼ੀ ਭੈਣੇ, ਮੈਂ ਬਿਜ਼ੀ, ਮੈਂ ਕਿਉਂ ਦੱਸਾਂ, ਮੈਂ ਤਾਂ ਦਿਮਾਗ ਦਾ ਦਹੀਂ ਹੋਇਆ ਪਿਆ ਇਸ ਵੇਲੇ। ਸਾਰੇ ਟੱਬਰ ਨੇ ਨਾ ਆ ਸਾਰੇ, ਦੇਖੋ ਕਿਸੇ ਦਾ ਕੁਛ ਪੱਟਿਆ, ਕਿਸੇ ਦਾ ਕੁਛ, ਇਹ ਸਾਰੇ ਮੈਂ ਸੀ ਕੇ ਦਵਾਂ। ਇਹ ਸੀਟੀ ਦੀ ਆਵਾਜ਼ ਨਹੀਂ ਆਈ ਦਾਦੀ, ਤੂੰ ਹਲੇ ਤੱਕ ਦਾਲ ਨਹੀਂ ਧਰੀ? ਨਹੀਂ ਤੇ ਮਸ਼ੀਨ ਨਹੀਂ ਹੈਗੀ ਤੇਰੇ ਕੋਲ? ਮਸ਼ੀਨ ਲੈ, ਮਸ਼ੀਨ ਹੋਣੀ ਆ ਇੱਥੇ ਸਾਡੇ। ਤੁਹਾਨੂੰ ਪਤਾ ਤੇ ਸਰਕਾਰੀ ਮਸ਼ੀਨਾਂ ਵੀ ਜਦੋਂ ਵੰਡਦੇ ਹੁੰਦੇ ਨਾ, ਮੇਰੀ ਦਾਦੀ ਜਾ ਚਾਰ ਵਾਲੀ ਜਾ, ਇਹ ਨੰਬਰ ਹੀ ਨਹੀਂ ਆਉਂਦਾ ਉਹਦਾ ਵਿਚਾਰੀ ਦਾ। ਸਾਡੇ ਕਿੱਥੇ ਮਸ਼ੀਨਾਂ, ਪਿੰਡਾਂ ਚ ਤਾਂ ਜਮਾ ਹੀ ਦਸ ਦੇਸੀ ਪਿੰਡ, ਸਾਡਾ ਦਾਦਾ ਸਾਰਾ ਕੁਛ ਵੇਚ ਵੇਚ ਕੇ ਆ ਜਾਂਦਾ। ਹਾਂ, ਆਪਣੀ ਦਾਰੂ ਦੀ ਬੋਤਲ ਲੈ ਕੇ ਆਉਣ ਨਾ, ਸਾਰਾ ਕੁਛ ਵੇਚਤਾ ਇਹਨੇ ਘਰ ਦਾ। ਅੱਛਾ, ਆਹੀ ਪ੍ਰਾਪਰਟੀ ਹੈ ਸਾਡੀ ਜਿਹੜੀ ਪਈ ਹੈ ਇੱਥੇ। ਮੈਂ ਕਿਸੇ ਨੂੰ ਨੀ ਦੱਸਿਆ ਕਿ ਸਾਡਾ ਬੁੜਾ ਸਾਡੀ ਬੁੜੀ ਦੇ ਨਾਲ ਨੇਤਾ ਜਿਹਨੂੰ ਦੀ ਗੁੱਤਨੀ ਪੱਟ ਦਿੰਦਾ ਮੈਂ ਕਿਸੇ ਨੂੰ ਨੀ ਦੱਸਿਆ ਕਿ ਸਾਡਾ ਬੁੜਾ ਸਾਡੀ ਬੁੜੀ ਦੇ ਨਾਲ ਨੇਤਾ ਜਿਹਨੂੰ ਦੀ ਗੁੱਤਨੀ ਪੱਟ ਦਿੰਦਾ ਮੈਂ ਕਿਸੇ ਨੂੰ ਨੀ ਦੱਸਿਆ ਕ
ਆਹੋ ਤਾਂ ਹੀ ਤੇ ਮੈਂ ਨਹੀਂ ਦੱਸਿਆ। ਚੰਗਾ ਕੀਤਾ ਇਹ ਥੱਲੇ ਬੰਨ ਨੀ ਬਾਹਰ ਬਾਹਰ ਨੀ ਗੱਲ ਕਰੀ ਦੀ। ਚੰਗਾ ਆਹੋ ਠੀਕ ਹੈ ਮੈਂ ਤੇ ਨਹੀਂ ਕਰਦੀ, ਪਰ ਤੁਸੀਂ ਟਾਈਮ ਕਿਵੇਂ ਪਾਸ ਕਰਦੇ ਹੁੰਦੇ ਹੋ, ਤੁਹਾਡਾ ਕਿੱਦਾਂ ਹੁਣ ਲੰਘਦਾ ਹੁੰਦਾ? ਮੈਂ ਤੈਨੂੰ ਮੈਂ ਦੱਸਾਂ, ਮੈਂ ਦੋ ਮੰਜੀਆਂ ਦੀ ਥਾਂ ਤੇ ਬੈਠੀ ਆ ਤੇ ਮੈਂ ਬੈਠੀ ਆ ਦੇ ਵਿੱਚ। ਕਾਹਦੇ ਵਿੱਚ? ਦੀਆਂ ਗੈਲਰੀ ਚ। ਗੈਲਰੀ ਚ? ਅੰਨੇ ਤੇ ਠੰਡ ਆ ਕਰਨੀ ਹੁਣ। ਨਹੀਂ ਬਹੁਤ ਸੋਹਣਾ ਅੱਜ ਵੈਦਰ, ਬਹੁਤ ਸੋਹਣਾ, 74 ਸੀ ਡਿਗਰੀ ਟੈਂਪਰੇਚਰ ਇੱਥੋਂ ਦਾ ਨਿਊਯਾਰਕ ਦਾ। ਅੱਛਾ ਨਜ਼ਾਰੇ ਲੁੱਟਦੇ ਹੋ ਫਿਰ ਹੈ? ਹਾਂਜੀ ਹਾਂਜੀ ਨਜ਼ਾਰੇ ਲੁੱਟੀ ਦੇ ਨੇ, ਬੁੱਲੇ ਲੁੱਟੀ ਦੇ। ਅੱਛਾ ਜੀ, ਅੱਛਾ ਠੀਕ ਹੈ, ਚਲੋ ਤੁਸੀਂ ਨਾ ਮੇਰਾ ਇੱਦਾਂ ਨਜ਼ਾਰੇ ਲੁੱਟਦੇ ਰਹੋ, ਪਰਮਾਤਮਾ ਤੁਹਾਨੂੰ ਇੱਦਾਂ ਹੀ ਖੁਸ਼ ਰੱਖੇ। ਪਰ ਸਾਡੇ ਪ੍ਰੋਗਰਾਮ ਕਿਉਂ ਫੋਨ ਕਰਦੇ ਰਿਹਾ ਕਰੋ, ਮੇਰਾ ਨਾ ਕਈ ਕਈ ਬਹੁਤ ਟਾਈਮ। ਮੈਂ ਤੇ ਤੇਰੀ ਰੋਜ਼ ਦੀ ਆ ਨਾ ਕਾਲਰ, ਮੇਰੇ ਨਾਲੇ ਤੋਂ ਨਹੀਂ ਚੁਗਲੀਆਂ ਵੀ ਬਾਹਰ ਬਹਿ ਕੇ ਸਾਡੇ ਤੇ ਜੇ ਮੰਜਾ ਉੱਥੇ ਸੜਕ ਤੇ ਡਾਏਗੀ ਤੇ ਅਗਲਿਆਂ ਤੇ 200 ਟਿਕਟ ਦੇ ਜਾਣੀ ਮਾਮਿਆਂ ਨੇ। 200 ਰੁਪਏ ਦੀ ਟਿਕਟ ਦੇ ਜਾਣੀ ਮਾਮਿਆਂ ਨੇ? ਮਾਮੇ ਤਾਂ ਤੁਹਾਡੇ ਨਾਲ ਕੋਈ ਨਹੀਂ, ਸੰਮਣ ਵੀ ਦੇ ਜਾਣਗੇ ਵੀ ਤੁਸੀਂ ਭਾਈ ਪੇਸ਼ੀ ਤੇ ਆਇਓ ਜਾ ਕੇ ਕੋਰਟ ਵਿੱਚ। ਸਾਡਾ ਭਾਵੇਂ ਸੜਕ ਦੇ ਵਿੱਚ ਮੰਜਾ ਡਾ ਕੇ ਪੈ ਜਾ, ਮੇਨ ਰੋਡ ਤੇ ਜਿੱਟੇ ਰੋਡ ਤੇ ਉਦੋਂ ਨਹੀਂ ਕੋਈ ਚਲਾਨ ਕੱਟਦਾ ਤੁਹਾਡਾ। ਉਹਦੇ ਲੰਘਦੇ ਜਾਂਦੇ ਬਾਏ ਬਾਏ ਵੀ ਕਰੀ ਜਾਣਾ ਬੀਬੀਆਂ। ਔਖਾ ਹੈ, ਬਹੁਤ ਔਖਾ। ਚੰਗਾ ਜੀ ਤੁਸੀਂ ਤਾਂ ਮੈਨੂੰ ਡਰਾਈ ਦਿੱਤਾ, ਮੈਂ ਜਿਹੜਾ ਮੈਨੂੰ ਤਾਂ ਲੱਗਦਾ ਮੈਂ ਆਪਣਾ ਮੰਜਾ ਕਿਤੇ ਇੱਥੋਂ ਹੀ ਨਾ ਚੁਕਾ ਦਾਂ। ਚੰਗਾ ਜੀ ਸਤਿ ਸ਼੍ਰੀ ਅਕਾਲ। ਨਹੀਂ ਤੁਹਾਨੂੰ ਕੋਈ ਨਹੀਂ, ਪੰਜਾਬ ਵਾਲਿਆਂ ਨੂੰ ਕੁਛ ਨਹੀਂ ਆਉਂਦੇ, ਪੰਜਾਬ ਪੁਲਿਸ ਆਪਣੀ ਆ। ਬਸ ਜੀ ਉਹ ਤਾਂ 100 ਰੁਪਈਏ ਦੀ ਪੁਲਿਸ ਆ। ਹਾਂਜੀ ਅੱਛਾ, ਉਹ ਨਹੀਂ ਮਤਲਬ ਉਹ ਤਾਂ ਘਰ ਦੀ ਗੱਲ ਹੀ ਹੈ, ਘਰ ਦੀ ਘਰੇ ਅੱਗੇ ਨਿਕਲ ਗਿਆ ਤੇ ਮੈਨੂੰ ਨਾ ਚੋਕਲੇਟ ਮੰਜੇ ਸਮੇਤ। ਮੈਂ ਨਾਲੇ ਅਸੀਂ ਇੱਥੇ ਬੀਬੀਆਂ ਚੁਗਲੀਆਂ ਨਹੀਂ ਕਰਦੀਆਂ ਨੇ, ਇੱਥੇ ਸਾਡੇ ਕੋਲ ਐਡਵਾਂਸ ਫੋਨ ਵਾਧੂ ਅਨਲਿਮਿਟ ਫੋਨ ਆ, ਜਿੰਨਾ ਮਰਜ਼ੀ ਕਰ ਲਓ। ਅੱਛਾ ਚਲੋ ਵਧੀਆ ਗੱਲ ਹੈ, ਖੈਰ ਕੋਈ ਗੱਲ ਨਹੀਂ, ਉਹ ਜਿਹਾ ਫੋਨ ਅਸੀਂ ਵੀ ਆਪਣੇ ਲਵਾਉਂਦੇ। ਮੈਂ ਤੁਹਾਡੇ ਨਾਲ ਫਿਰ ਗੱਲ ਕਰਦੀ ਹਾਂ, ਮੇਰਾ ਜਿਹੜਾ ਅਗਲਾ ਫੋਨ ਵੀ ਆ ਗਿਆ ਹੈ। ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਟਾਟਾ। ਹੈਲੋ 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 ਹੈਲੋ, ਓਏ ਫੋਨ ਕੱਟ ਕੇ ਵੀਰੇ। ਹੈਲੋ, ਨਹੀਂ ਬੋਲਦੇ? ਬੋਲਦੇ ਕਿ ਨਹੀਂ ਬੋਲਦੇ? ਕੋਈ ਗੱਲ ਨਹੀਂ, ਜੇ ਤੁਸੀਂ ਨਹੀਂ ਬੋਲਦੇ ਤਾਂ ਗੱਲ ਹੀ ਕੋਈ ਨਹੀਂ, ਹੁਣ ਮੈਂ ਵੀ ਨਹੀਂ ਬੋਲਦੀ ਫਿਰ, ਮੈਨੂੰ ਵੀ ਥੋੜ੍ਹਾ ਜਿਹਾ ਪਾਣੀ ਮੈਂ ਨਾਲੇ ਦੇਖਾਂ। ਇਹ ਦਾਦੀ ਨੇ ਜੇ ਦਾਲ ਧਰਤੀ ਹੋਏ ਨਾ ਤਾਂ ਪਿਆਜ਼ ਲਸਣ ਅਦਰਕ ਸਾਰਾ ਕੁਝ ਮੈਨੂੰ ਕੱਟਣਾ ਪੈਣਾ। ਮੈਂ ਜਿਹੜਾ ਆਉਂਦੀ ਹਾਂ ਆਹ ਤੜਕੇ ਦਾ ਸਮਾਨ ਤਿਆਰ ਕਰਕੇ, ਉਦੋਂ ਤੱਕ ਤੁਸੀਂ ਵੀ ਲੈ ਲਓ ਬ੍ਰੇਕ। ਲੈ ਦਾਦੀ, ਮੈਂ ਤੈਨੂੰ ਕਿਹਾ ਸੀ ਇਹਨਾਂ ਨੂੰ ਕੁੱਕੜ ਬਣਾ ਕੇ ਬਹਿ ਗਏ, ਮੈਨੂੰ ਦਾਲ ਧਰ ਕਿਹਾ ਸੀ ਨਾ ਦਾਲ ਧਰਦੀ, ਆਹ ਦੇਖ ਲਓ ਕਿੰਨੀ ਖਰਾਬ ਆ। ਇੱਕ ਮਿੰਟ, ਮੇਰਾ ਫੋਨ ਆ। ਹਾਂ ਹਾਂ ਫੁੱਫੜ, ਕਿਆ ਕਾਹਤੇ ਬਿਠਾਤੀ ਟ੍ਰੇਨ ਤੇ ਤੂੰ? ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੇਰਾ ਭੂਆ ਨਾਲ ਕਲੇਸ਼ ਪੈਂਦਾ ਹੁੰਦਾ, ਸਾਡੇ ਘਰੇ ਨਾ ਭੇਜਿਆ ਕਰ, ਸਾਨੂੰ ਬਹੁਤ ਔਖਾ ਕਰਦੀ ਆ ਭੂਆ। ਭੂਆ ਦੇ ਤਾਂ ਆਪਣੇ ਨਖਰੇ ਨਹੀਂ ਮਾਣ ਹੈਗੇ। ਤੈਨੂੰ ਵੀ, ਤੈਨੂੰ ਕਿਹਨੇ ਕਿਹਾ ਸੀ, ਤੇਰੀ ਅੱਖ ਆਈ ਸੀ ਜਦੋਂ ਸਾਡੀ ਭੂਆ ਜਵਾਨ ਸੀ, ਤੂੰ ਹੀ ਕਹਿੰਦੇ ਸੀ ਇਹਦੇ ਨਾਲ ਹੀ ਵਿਆਹ ਕਰਾਉਂਗੇ, ਇਹਦੇ ਨਾਲ ਹੀ ਵਿਆਹ ਕਰਾਉਂਗਾ। ਲੈ ਲੈ ਹੁਣ ਬਾਬਾ ਜੀ ਦਾ ਉਹ ਹੋ ਗਏ ਠੁੱਲੂ। ਹਾਂ ਜੇ ਸਾ ਹੈਲੋ, ਓਏ ਦਾਦੀ ਤੇਰੀ ਨਨਾਣ ਆਉਂਦੀ ਪਈ ਆ, ਕਲੇਸ਼ ਪੈ ਲਿਆ ਤੇਰੀ ਜਾਨ ਨੂੰ, ਫੋਨ ਕਰਕੇ ਰੋਕਦੇ ਰਸਤੇ 'ਚ। ਹਾਂ ਸਾਡੀ ਵੱਡੀ ਭੂਆ, ਚੰਗਾ ਸਾਡੀ ਜਾਨ ਨੂੰ ਜੱਬ, ਪਤਾ ਕੌਣ ਆਉਂਦਾ ਪਿਆ? ਸਾਡੀ ਇੱਕ ਭੂਆ,
ਇਸ ਵਾਰੀ ਸ਼ੁੱਕਰਵਾਰ ਨੂੰ ਪਹੁੰਚ ਜਾਊਗੀ, ਮਿਲ ਲਿਓ, ਦੇਖਿਓ ਕੈਸੀਆਂ ਭਸੂੜੀਆਂ ਪਾਉਂਦੀ, ਸਾਡੇ ਘਰ 'ਚ ਕਲੇਸ਼ ਕਰਾਉਂਦੀ ਸਭ ਤੋਂ ਵੱਡੀ ਜੜ, ਹੁਣ ਆਪਣੇ ਸਾਡੇ ਫੁੱਫੜ ਨਾਲ ਲੜ ਕੇ ਤੇ ਇੱਥੇ ਆ ਜਾਊਗੀ। ਇਹ ਤਾਂ ਚੁਗਲੀਆਂ ਦੀ ਪੰਡ ਹੈ, ਪੰਡ ਫੂਨ ਆ ਗਿਆ। ਹੈਲੋ 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 ਜੀ, ਸਤਿ ਸ੍ਰੀ ਅਕਾਲ। ਉਹ ਸਤਿ ਸ੍ਰੀ ਅਕਾਲ ਜੀ, ਇਹ ਦੇਖੋ ਟੀਵੀ ਦੀ ਆਵਾਜ਼ ਨੂੰ ਮਾੜਾ ਜਿਹਾ ਘਟਾ ਦਿਓ ਨਾ। ਓਕੇ ਓਕੇ, ਉਦੋਂ ਦਾ ਹਾਂਜੀ ਘਟਾਤੀ ਜੀ। ਤਾਂ ਹੋਰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਤੁਹਾਡੀ ਆਉਣ ਵਾਲੀ ਭੂਆ ਨੂੰ ਵੀ ਸਤਿ ਸ੍ਰੀ ਅਕਾਲ ਜੀ। ਭੂਆ ਨੂੰ ਸਤਿ ਸ੍ਰੀ ਅਕਾਲ, ਭੂਆ ਨੇ ਤੇ ਸ਼ੁੱਕਰਵਾਰ ਨੂੰ ਆਉਣਾ, ਬਹੁਤ ਸਿਆਪਾ ਹੈ ਭੂਆ ਦਾ, ਮੈਂ ਤੁਹਾਨੂੰ ਦੱਸਤਾ। ਤੁਸੀਂ ਸਾਰੇ ਬਚ ਕੇ ਰਹੋ, ਮੇਰੀ ਭੂਆ ਬਹੁਤ ਡਾਢੀ ਹੈ। ਹਾਂਜੀ ਹਾਂਜੀ, ਕੋਈ ਨਾ ਅਸੀਂ ਬਚ ਗਏ, ਤੁਸੀਂ ਤੁਸੀਂ ਧਿਆਨ ਨਾਲ ਠੀਕ ਆ ਜੀ? ਮੈਂ ਤਾਂ ਠੀਕ ਆ, ਮੈਂ ਤਾਂ ਧਿਆਨ ਨਾਲ। ਮੈਂ ਦੱਸੋ ਕਾਹਦਾ ਧਿਆਨ ਨਾਲ ਅੰਦਰ ਗਈ ਹੈ? ਆ ਦੋ ਕੁਰਤੇ ਹੋਰ ਫਾੜ ਕੇ ਰੱਖਤੇ, ਮੈਨੂੰ ਕਹਿੰਦੇ ਆ ਵੀ ਸਿਉਂ ਦੇ, ਮੈਂ ਇਹਨਾਂ ਦਾ ਠੇਕਾ ਲਿਆ ਹੋਇਆ। ਹਾਂਜੀ ਹਾਂਜੀ, ਲੈ ਤੁਸੀਂ ਮੈਨੂੰ ਆ ਦੱਸੋ। ਨਾਲੇ ਤੁਸੀਂ ਬੀਜ਼ੀ ਰਹੋਗੇ ਨਾ, ਵਧੀਆ ਕੁਰਤੇ ਕਰਦੇ ਸਿਉਂ। ਮੈਂ ਕਾਹਦੇ ਵੀ ਠੀਕ ਹੈ, ਆਪਣੇ ਮੇਜ ਤੇ ਕਰ ਲਓ ਨਾ। ਹੁਣ ਤੁਸੀਂ ਮੋਟੇ ਜਿਹੇ ਹੋਗੇ, ਮੈਂ ਕਹਿੰਦਾ ਬੈ ਬੈ ਕੇ ਬੈ ਬੈ ਕੇ ਪੋਚੇ ਮਾਰ, ਝਾੜੂ ਮਾਰ, ਕੱਪੜੇ ਧੋ, ਕੱਪੜੇ ਪ੍ਰੈਸ ਕਰ, ਬਾਹਰਲਾ ਸਾਰਾ ਜਿਹੜੇ ਡੰਗਰ ਰੱਖੇ ਹੋਏ ਆ ਉਹਨਾਂ ਦੀ ਸਾਰੀ ਸੇਵਾ ਕਰਨੀ, ਸਾਡੇ ਘਰ 'ਚ ਜਿਹੜੇ ਡੰਗਰ ਆ ਇਹਨਾਂ ਦੀ ਸੇਵਾ ਕਰਨੀ, ਸਾਰਾ ਕੁਝ ਮੈਨੂੰ ਕਰਨਾ ਪੈਂਦਾ, ਕਿੱਥੇ ਝੋਟੀ ਹੋਣਾ ਮੈਂ। ਮੈਂ ਤਾਂ ਡੈਟਿੰਗ ਪਰ ਵੀ ਨਹੀਂ ਲੱਗ ਸਕਦੀ। ਧਾਰਾਂ ਵੀ ਤੁਸੀਂ ਕੱਢਦੇ ਹੋ? ਹਾਂਜੀ ਆਹੋ, ਧਾਰਾਂ ਵੀ ਕੱਢਦੇ ਤੁਸੀਂ? ਆਹੋ, ਫਿਰ ਤਾਂ ਤੁਸੀਂ ਕਮਾਲ ਕਰਦੀ ਅੱਜ ਦੇ ਟਾਈਮ 'ਚ। ਇੱਕ ਪਿੱਛੇ ਜੇ ਝੋਟਾ ਹੋਇਆ ਸਾਡੇ ਘਰੇ, ਨਿੱਕਾ ਝੋਟਾ, ਉਹ ਬੋਲੀ ਬਣਾ ਕੇ ਵੀ ਖਾਦੀ ਸੀ ਅਸੀਂ, ਤੁਹਾਨੂੰ ਯਾਦ ਹੈ ਬੋਲੀ ਬੰਦੀ ਹੁੰਦੀ ਸੀ ਪਿੰਡਾਂ 'ਚ, ਖਾਦੀ ਕਦੇ? ਕਿੱਥੇ ਮੈਨੂੰ ਕਿੱਥੇ ਪਤਾ ਜੀ, ਇੱਥੇ ਨਿਊਯਾਰਕ 'ਚ ਗੱਲਾਂ ਕਿੱਥੇ ਹੁੰਦੀਆਂ ਨਾ, ਪਿੰਡ 'ਚ ਹੁੰਦੇ ਤਾਂ ਫਿਰ ਸ਼ਾਇਦ ਮੈਨੂੰ ਪਤਾ ਹੋਣਾ ਸੀ। ਨਹੀਂ, ਉੱਥੇ ਲੋਕੀ ਮੈਸਾਂ ਨਹੀਂ ਪਾਲਦੇ ਨਾ, ਇੱਥੇ ਮੈਸਾਂ ਨਹੀਂ, ਇੱਥੇ ਇਹਦੇ ਬੰਦੇ ਪਾਲ ਜਾਂਦੇ ਜੀ। ਹਾਏ ਰੱਬਾ, ਇਹ ਤਾਂ ਬਹੁਤ ਔਖਾ, ਫਿਰ ਤੁਸੀਂ ਦੁੱਧ ਕਿੱਦਾਂ ਮੈਨੂੰ, ਚੁਵਾਵਾਂ ਦੁੱਧ ਜਿਹੜਾ ਉਹ ਕਿੱਥੋਂ ਲੈ ਕੇ ਆਉਂਦੇ ਫਿਰ? ਇੱਥੇ ਬੋਤਲਾਂ ਹੀ ਹੁੰਦੀਆਂ ਨੇ ਮੱਝਾਂ ਕਿੰਨੀਆਂ ਦੇ। ਹਾਏ 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 ਹਾਏ, ਮੈਂ ਤਾਂ ਤਾਜ਼ਾ ਦੁੱਧ ਪੀਣਾ ਹੁੰਦਾ, ਜਦੋਂ ਵੀ ਪੀਂਦੀ ਆ ਮੈਂ, ਨਹੀਂ ਫਿਰ ਆਉਂਦੀ ਭਾਈ ਉੱਥੇ। ਹਾਂ ਯਾਰ, ਇਹ ਤਾਂ ਫਿਰ ਔਖਾ ਹੋ, ਤੁਹਾਨੂੰ ਤਾਂ ਹੀ ਤਾਂ ਤੁਸੀਂ ਇੰਡੀਆ ਦੇ ਸੋਹਣੇ ਲੱਗਦੇ ਹੋ ਬੈਠੇ। ਵੇਖੋ, ਮੈਂ ਆਪਦੀ ਮੈਸ ਲੈ ਕੇ ਆਉਂਗੀ ਨਾਲ, ਲੈ ਗੱਲ ਕਿਆ ਕਰਤੀ ਆਪਾਂ, ਜਹਾਜ਼ ਤੇ ਮੈਸ ਚੜਾ ਦੇਣੀ ਹੈ, ਫਿਰ ਕੋਈ ਰੋਕ ਕੇ ਵੇਖੇ ਕੋਈ, ਮੈਂ ਉਹਨੂੰ ਦੱਸੂ, ਮੈਂ ਵੱਟ ਕੱਢੂ ਉਹਦੇ। ਬਸ ਬਸ, ਮਤਲਬ ਕਿ ਫਿਰ ਤੁਹਾਨੂੰ ਮੈਂ ਹੁਣ ਆ ਰਿਹਾ, ਤੁਹਾਨੂੰ ਲੈਣ ਤਿਆਰ ਹੋ। ਆਜੋ ਆਜੋ ਆਜੋ, ਛੇਤੀ ਆਇਓ ਛੇਤੀ, ਮੈਂ ਤਾਂ ਹੁਣ ਜਾਊਂਗੀ ਤੁਹਾਡੇ ਨਾਲ ਹੈ। ਆਹੋ ਚਲੋ ਠੀਕ ਹੈ ਵੀਰੇ, ਮੈਂ ਨਾ ਫਿਰ ਨਾ ਜਿਹੜਾ ਦੂਜਾ ਫੋਨ ਆਇਆ ਹੋਇਆ, ਮੈਂ ਜਿਹੜਾ ਉਹਨਾਂ ਨਾਲ ਵੀ ਗੱਲ ਕਰ ਲਾਂ ਇੱਕ ਵਾਰੀ। ਹੈਲੋ, ਆਹੋ ਆਹ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਕਹਿੰਦੀ ਸਤਿ ਸ਼੍ਰੀ ਅਕਾਲ, ਕੌਣ ਬੋਲਦੇ, ਕਿੱਥੋਂ ਬੋਲਦੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ? ਸਤਿ ਸ਼੍ਰੀ ਅਕਾਲ ਜੀ, ਹਾਂਜੀ ਕਿੱਥੋਂ ਬੋਲਦੇ ਤੁਸੀਂ? ਹੈਲੋ ਹੈਲੋ, ਕੌਣ ਬੋਲਦੇ, ਕਿੱਥੋਂ ਬੋਲਦੇ? ਹਾਂਜੀ ਹਾਂਜੀ ਹਾਂਜੀ, ਇੱਥੇ ਬੋਲ ਰਿਹਾ ਜੀ ਮੈਂ, ਕੈਸਿਟੀ ਤੋਂ, ਗੁਲਾਬੋ ਜੀ। ਹਾਂਜੀ, ਕੀ ਹਾਲ ਚਾਲ ਹੈ, ਨਾਂ ਕਿਹਾ ਜੀ ਤੁਹਾਡਾ? ਹਾਂਜੀ, ਨਾਂ ਨੇਮ, ਨਾਂ ਮੇਰਾ ਜਸਵੇ, ਨਾਂ ਨੇਮ, ਆਹੋ ਹਾਂਜੀ, ਵਟ ਇਜ਼ ਯੋਰ ਨੇਮ? What's my name? Jaswinder Singh ji. My name Gulabo. I am 8th fail. I am school government. I am India. Right in Punjab. My pind is my village. Oh, aap bahut lamba kahta aata tu Gulabo. Yes, true, thanks. Mainu meri angrezi na chhedya karo, main bahut chhid jandi ha. ਅੰਗਰੇਜ਼ੀ ਤੇਰੀ ਬਹੁਤ ਵਧੀਆ। ਬਸ ਜੀ, ਕਦੇ ਮਾਣੀ ਨਹੀਂ ਕੀਤਾ, ਸਕੂਲ ਖੋਲਣਾ ਮੈਂ ਆਪਣਾ, ਅੰਗਰੇਜ਼ੀ ਦੇ ਟੀਚਰ ਲੱਗਣਾ ਮੈਂ ਉੱਥੇ। ਬਸ ਬਸ, ਨਹੀਂ ਨਹੀਂ ਉਹ ਹੁਣ ਤੇਰੀਆਂ ਅੱਗੇ ਮੂਵੀਆਂ ਵੀ ਦੇਖੀਆਂ, ਸਭ ਕੁਝ ਦੇਖਿਆ, ਜਿਹੜਾ ਤੇਰੇ ਅੱਜ ਸ਼ੋਅ ਆ ਗੁਲਾਬੋ, ਤੇ ਇਹ ਵਧੀਆ ਸ਼ੋਅ ਆ। ਥੈਂਕ ਯੂ ਜੀ, ਥੈਂਕ ਯੂ। ਪਰ ਨਾ ਮੈਂ ਹੁਣ ਤੁਹਾਨੂੰ ਕਿਆ ਦੱਸਾਂ, ਉਹ ਤਾਂ ਸਭ ਕੁਝ ਵਧੀਆ, ਪਰ ਇੱਥੇ ਪਿੰਡ 'ਚ ਹਾਲ ਬਹੁਤ ਮਾੜਾ, ਸਾਰੀਆਂ ਬਹੁਤ ਚੁਗਲੀਆਂ ਕਰਦੀਆਂ, ਮੈਂ ਤਾਂ ਬਹੁਤ ਔਖੀ ਹੋਈ ਪਈ ਹਾਂ। ਫੇਰ ਤੋਂ ਇੱਧਰ ਨੂੰ ਆ ਜਾ, ਬਾਹਰ ਨੂੰ। ਬਾਹਰ ਨੂੰ ਕਹਦਾ, ਮੈਨੂੰ ਤਾਂ ਹੁਣੇ ਪਿਛਲੇ ਫੋਨ ਤੇ ਪਤਾ ਲੱਗਾ, ਕਹਿੰਦੇ ਉੱਥੇ ਤਾਂ ਮੈਸਾਂ ਹੀ ਨਹੀਂ ਆਪਦੀਆਂ ਰੱਖਦੇ ਪਰਸਨਲ। ਲੈ, ਮੈਂ ਨਹੀਂ ਆਉਂਦੀ ਇੱਦਾਂ, ਨਹੀਂ ਨਹੀਂ, ਜਾਂ ਤਾਂ ਮੈਸ ਮੰਗਾਓ, ਪਹਿਲਾਂ ਮੈਸ ਆਊਗੀ, ਮੈਂ ਬਾਅਦ 'ਚ ਆਉਂਗੀ ਪਿੱਛੇ ਪਿੱਛੇ, ਪਹਿਲਾਂ ਮੈਸ ਆਊ। ਆਹੋ, ਫੇਰ ਪਿੱਛੇ ਪਿੱਛੇ ਗੁਲਾਬੋ ਆਊ। ਗੁਲਾਬੋ ਨੇ ਮੈਸ ਦੇ ਪਿੱਛੇ ਆਉਣਾ, ਦੱਸ ਇਹ ਕਿੱਦਾਂ ਹੋਈ ਗੱਲ? ਲੈ ਪਤਾ ਕਿਉਂ, ਕਿਉਂਕਿ ਤਾਜ਼ਾ ਦੁੱਧ ਪੀਣ ਦੀ ਆਦਤ ਪਈ ਹੋਈ ਆ, ਉੱਥੇ ਤਾਂ ਕਹਿੰਦੇ ਮੈਨੂੰ ਬੋਤਲਾਂ ਵਾਲਾ ਦੁੱਧ ਪੀਣਾ ਪੈਣਾ। ਅੱਛਾ, ਤੂੰ ਫਿਰ ਤਾਜ਼ਾ ਦੁੱਧ ਪੀਣ ਗਿੱਜੀ ਹੋਣਾ ਪਹਿਲਾਂ ਤੋਂ ਹੀ। ਆਹੋ, ਇੱਧਰ ਪਿੰਡਾਂ ਵਾਲ ਤਾਂ ਆਹ ਦੁੱਧ ਦਹੀਂ ਘਿਓ ਸਾਰਾ ਕੁਝ ਬਹੁਤ ਸੌਖਾ ਮਿਲਦਾ ਜੀ।
ਮੈਨੂੰ ਤੁਹਾਡੀ ਗ੍ਰੇਜੀ ਜੀ ਨਹੀਂ ਸਮਝ ਆਈ ਵੀਰੇ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੁਸੀਂ ਕਿਆ ਕਿਹਾ। ਸਾਡੇ ਤਾਂ ਪ੍ਰੋਗਰਾਮ 'ਚ ਕੁਛ ਵੀ ਟੂ ਮੱਚ ਨਹੀਂ ਹੈਗਾ, ਦੇਸੀ ਜਿਹਾ ਪ੍ਰੋਗਰਾਮ ਹੈ, ਸਾਊ ਜਿਹੇ ਬੰਦਿਆਂ ਦਾ ਪ੍ਰੋਗਰਾਮ ਹੈ, ਸਾਊ ਜਿਹੇ ਬੰਦੇ ਵੇਖਦੇ ਆ। ਅਗਲਾ ਫੋਨ ਆ ਗਿਆ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ, ਕੌਣ ਬੋਲਦੇ, ਕਿੱਥੋਂ ਬੋਲਦੇ? ਹਾਂ ਗੁਲਾਬੋ, ਮੈਂ ਕੈਲੀਫੋਰਨੀਆ ਤੋਂ ਬੋਲਦੀ ਹਾਂ, ਮੈਂ ਸਦੀਕ ਬੋਲਦੀ ਹਾਂ। ਸਦੀਕ? ਸਰਜੀਤ। ਸਰਜੀਤ ਜੀ, ਮੈਂ ਕਿਹਾ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਪ੍ਰੋਗਰਾਮ ਹੈ ਗੁਲਾਬੋ ਦਾ, ਤਾਂ ਪਹਿਲਾਂ ਤਾਂ ਸਾਨੂੰ ਚੰਗਾ ਹੀ ਨੀ ਸੀ ਲੱਗਦਾ ਗੁਲਾਬੋ ਤੇਰੇ ਬਗੈਰ ਤਾਂ। ਲੈ ਦੱਸ, ਮੈਨੂੰ ਤਾਂ ਮੈਨੂੰ ਚਲੋ ਕੋਈ ਗੱਲ ਨੀ, ਮੈਂ ਤੁਹਾਨੂੰ ਆਪ ਭੇਜ ਦੂੰਗੀ, ਭੈਣਾਂ ਭੈਣਾਂ ਰਲ ਕੇ ਪਾ ਲੂੰਗੀ। ਪਰ ਮੈਨੂੰ ਇੱਕ ਗੱਲ ਦੱਸੋ, ਆ ਤੁਹਾਡਾ ਬਾਹਰਲੇ ਮੁਲਕ ਵਾਲਿਆਂ ਦਾ ਟਾਈਮ ਕਿਵੇਂ ਪਾਸ ਹੁੰਦਾ, ਜਿਹੜੀਆਂ ਵਿਹਲੀਆਂ ਹੁੰਦੀਆਂ ਮੇਰੇ ਵਰਗੀਆਂ, ਕਿਉਂਕਿ ਸਾਡੇ ਤਾਂ ਇੱਥੇ ਚੁਗਲੀਆਂ ਨਾਲ ਹੁੰਦਾ। ਨਹੀਂ ਨਹੀਂ, ਮੇਰਾ ਤਾਂ ਟਾਈਮ ਇੱਦਾਂ ਆ ਵੀ ਸਾਰਾ ਦਿਨ ਮੈਂ ਆਪਣਾ ਘਰ ਦਾ ਕੰਮ ਕਰਦੀ ਰਹਿੰਦੀ ਹਾਂ। ਕਦੀ ਮੈਂ ਗਜਰੇਲਾ ਬਣਾ ਲਿਆ, ਕਦੀ ਮੈਂ ਮਟਰੀ ਬਣਾ ਲਈ, ਕਦੀ ਕੱਪੜੇ ਧੋ ਲਏ, ਕਦੀ ਦਾਲ ਰੋਟੀ ਬਣਾ ਲਈ, ਕਦੀ ਸਫਾਈ ਕਰ ਲਈ, ਹੈ ਨਾ। ਫਿਰ ਤਾਂ ਤੁਹਾਡੇ ਘਰ ਵਾਲਾ ਬਹੁਤ ਖੁਸ਼ ਹੋਣਾ ਤੁਹਾਡੇ ਤੋਂ। ਬਹੁਤ ਉਹ ਤਾਂ ਗੁਲਾਬੋ ਇੰਨਾ ਖੁਸ਼ ਆ, ਕਹਿੰਦਾ ਮੈਨੂੰ ਤਾਂ ਸਾਰੀਆਂ ਘਰੇ ਚੀਜ਼ਾਂ ਮਿਲ ਜਾਂਦੀਆਂ, ਰੈਸਟੋਰੈਂਟਾਂ ਦੀਆਂ ਨੀ ਖਾਂਦਾ। ਓਏ ਹੋਏ, ਆ ਹੁੰਦਾ ਲੱਕੀ ਘਰ ਵਾਲਾ। ਆਸ ਪੜੋਸ ਦੀਆਂ ਕੋਈ ਨੀ ਆਉਂਦੀ ਹੁੰਦੀ ਚੁਗਲੀ ਕਰਨ ਦੀ? ਉਹਨਾਂ ਨੇ ਮੈਨੂੰ ਦੱਸਿਆ ਮੰਜੇ ਵੀ ਨੀ ਡਾਹ ਸਕਦੇ ਬਾਹਰ ਸੜਕਾਂ ਤੇ। ਨਹੀਂ ਨਹੀਂ, ਅਸੀਂ ਡਾਹ ਸਕਦੇ, ਪਰ ਸਾਡੇ ਲਾਗੇ ਗਿੰਦੀਆਂ ਨੀ ਹੈ ਕੋਈ ਵੀ ਗੁਲਾਬੋ, ਮੇਰੇ ਲਾਗੇ ਕੋਈ ਵੀ ਨੀ ਹੁੰਦੀਆਂ। ਗੋਰੀਆਂ ਮੈਂ ਚੁਗਲੀਆਂ ਕਹਿੰਦਾ, ਗੋਰੇ ਬੋਲਣੀ ਹੋਰ, ਤੂੰ ਸਾਰੀ ਮੇਰੀ ਇੰਗਲਿਸ਼ ਸਿੱਖ ਲਓਗੀ। ਲੈ ਦੱਸ, ਮੇਰੇ ਤੋਂ ਮੇਰੇ ਕੱਪੜੇ ਵੀ ਲੈ ਜਾਓ, ਮੇਰੇ ਤੋਂ ਸਾਰੇ ਕੰਮ ਵੀ ਕਰਾ ਲਓ, ਇੱਕ ਚੀਜ਼ ਮੈਂ ਮੰਗਾ ਮੈਨੂੰ ਉਹ ਨਾ ਮਿਲੇ। ਚੰਗਾ ਜੀ, ਵੈਸੇ ਅਗਲਾ ਫੋਨ ਹੋਲਡ ਤੇ ਹੀ ਹੈ। ਚੰਗਾ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹੈਲੋ ਗੁਲਾਬੋ, ਸਤਿ ਸ਼੍ਰੀ ਅਕਾਲ ਜੀ, ਕੌਣ? ਸਤਿ ਸ਼੍ਰੀ ਅਕਾਲ ਗੁਲਾਬੋ, ਬਹੁਤ ਹੀ ਸੋਹਣੀ ਲੱਗਦੀ ਪਈ ਆ। ਮੈਂ ਤੇ ਸੋਹਣੀ ਲੱਗਦੀ ਪਈ ਆ, ਮੈਂ ਤਾਂ ਪਰ ਦੁਖੀ ਬਹੁਤ ਹੋਈ ਪਈ ਆ। ਲੱਗਦੀ ਤਾਂ ਨੀ ਗੁਲਾਬੋ ਤੂੰ ਦੁਖੀ, ਤੇਰਾ ਸ਼ੋ ਬਹੁਤ ਵਧੀਆ। ਥੈਂਕ ਯੂ ਸੋ ਮਚ, ਮੈਂ ਹਾਂ ਕੁਛ ਵੀ ਤੂੰ ਮਚ ਨੀ, ਆਪਣੇ ਦਿਲ ਤੇ ਨਾ ਲਾ ਕੇ ਬਹਿ ਜੀ, ਤੇਰਾ ਸ਼ੋ ਤਾਂ ਨੰਬਰ 1 ਆ। ਇੱਕ ਮਿੰਟ ਮੈਂ ਜਰਾ ਨੱਚ ਲਾਂ, ਸਾਰਿਆਂ ਦਾ ਇੱਜ਼ਤ ਮਾਨ ਕਰਦੀ ਹੁੰਦੀ ਆ। ਵੀਰੇ ਨੇ ਜਿਹਨੇ ਵੀ ਕਿਹਾ ਉਹਨੇ ਵੀ ਚੰਗਾ ਹੀ ਕਿਹਾ, ਉਹ ਤੇ ਕੋਈ ਗੱਲ ਨੀ, ਪਰ ਮੈਨੂੰ ਇੱਕ ਗੱਲ ਦੱਸੋ, ਆ ਤੁਸੀਂ ਬਾਹਰਲੇ ਮੁਲਕਾਂ ਵਾਲੀਆਂ ਭੈਣਾਂ ਟਾਈਮ ਕਿਵੇਂ ਪਾਸ ਕਰਦੀਆਂ? ਨੀ ਭੈਣਾ, 12 ਘੰਟੇ ਦੀ ਡਿਊਟੀ ਕਰਦੇ ਆ, ਮਰਨ ਦਾ ਵੇਲ ਨਹੀਂ ਹੈ। ਹਾਏ ਓਏ ਰੱਬਾ, ਡਿਊਟੀ ਕਰਦੇ 12 ਘੰਟਿਆਂ ਦੀ? ਹਾਂ ਹਾਂ, 12 ਘੰਟਿਆਂ ਦੀ ਡਿਊਟੀ, ਫਿਰ ਡਾਲੇ ਵੀ ਤਾਂ ਤੁਸੀਂ ਹੀ ਕਮਾਉਂਦੇ ਹੋ ਭੈਣਾ, ਇਹ ਤੇ ਕੋਈ ਸ਼ੱਕ ਨਹੀਂ ਹੈ। ਕਾਦੀ ਤੁਸੀਂ ਡਿਊਟੀ ਕਰਦੇ ਹੋ? ਮੈਂ ਆਰ ਐਨ ਰਜਿਸਟਰਡ ਨਰਸ ਆ।
ਨਰਸ ਓਏ ਹੋਏ ਬਾਹਰਲੇ ਮੁਲਕਾਂ ਤੇ ਨਰਸਾਂ ਦੀ ਵੈਲਿਊ ਹੈ ਦੇਖੀ ਮੈਨੂੰ ਵੀ ਨਰਸਿੰਗ ਦਾ ਕੋਰਸ ਕਰਾ ਦੋ ਮੈਂ ਵੀ ਟੀਕੇ ਲਾ ਲੂੰ ਆ ਜਾ ਤੈਨੂੰ ਲੈ ਕੇ ਜਾਂਦੇ ਆ ਜਾ ਤੂੰ ਮੈਨੂੰ ਦੇਖ ਕੇ ਮੈਨੂੰ ਵੀ ਬੁਲਾ ਲਓ ਹਾਂ ਦੇਖੀ ਮੈਂ ਤਾਂ ਨਿੱਕੀ ਹੁੰਦੀ ਤੇ ਇਹਨਾਂ ਨੂੰ ਕਹਿੰਦੀ ਸੀ ਮੈਂ ਤਾਂ ਕੁਛ ਵੱਡੀ ਹੋ ਕੇ ਬਣੂੰਗੀ ਵੱਡੀ ਹੋ ਕੇ ਬਣੂੰਗੀ ਆ ਬਣੀ ਹਾਂ ਮੈਂ ਤੂੰ ਬਹੁਤ ਸੋਹਣੀ ਬਣੀ ਹੈ ਕਾਹਦੀ ਭੈਣ ਮੇਰੀ ਗੱਲ ਸੁਣੋ ਉੱਥੇ ਬਾਹਰ ਮੈਂ ਕਹਿੰਦੀ ਜਿਹੜੀ ਪਰ ਜਿਹੜੀ ਨਰਸਾਂ ਹੁੰਦੀਆਂ ਫਿਰ ਆਪਸ 'ਚ ਚੁਗਲੀਆਂ ਚਾਗਲੀਆਂ ਕਰਕੇ ਟਾਈਮ ਪਾਸ ਕਰਦੀਆਂ ਹੁੰਦੀਆਂ ਨਹੀਂ ਭੈਣਾ ਬਿਲਕੁਲ ਨਹੀਂ ਕਰਦੀਆਂ ਇੱਥੇ ਚੁਗਲੀਆਂ ਪੰਜਾਬ ਵਾਂਗੂ ਨਹੀਂ ਹੁੰਦੀਆਂ ਅੱਛਾ ਹਾਂ ਹਾਂ ਟਾਈਮ ਹੀ ਨਹੀਂ ਗੁਲਾਬੋ ਕਿਸੇ ਕੋਲੇ ਅੱਛਾ ਲੈ ਸਾਡੇ ਪਿੰਡਾਂ ਵੱਲ ਦੇ ਵਿਹਲੇ ਆ ਅੱਜ ਕੱਲ੍ਹ ਤਾਂ ਸ਼ਹਿਰ ਨਾਲ ਵੀ ਇੱਥੇ ਵਿਹਲੀਆਂ ਹੀ ਆ ਜਿੱਥੇ ਦੇਖੋ ਜਿੱਥੇ ਵੇਖੋ ਚੁਗਲੀਆਂ ਕਰਨ ਬਹਿ ਜਾਂਦੀਆਂ ਹੁੰਦੀਆਂ ਚੱਲ ਤੂੰ ਨਾ ਚੁਗਲੀਆਂ ਚਾਈ ਕਿਸੇ ਦੀਆਂ ਚ ਮੈਂ ਤਾਂ ਬੈਠੀ ਸੀ ਬਾਹਰ ਧੁੱਪ ਚ ਜਦ ਉਸ ਦੁਪਹਿਰ ਨੂੰ ਬਹੁਤ ਵਧੀਆ ਲੱਗਦੀ ਆ ਸੋਹਣਾ ਚੰਗਾ ਕੀਤਾ ਆਪਣੀ ਤਰਪਾਈਆਂ ਕਰ ਲਈਆਂ ਆਹੋ ਮੈਂ ਤਾਂ ਦੁਪਹਿਰੇ ਬੈਠੀ ਸੀ ਧੁੱਪਾਂ ਚ ਉਦੋਂ ਦੀ ਮੈਂ ਤਾਂ ਪਰੇਸ਼ਾਨ ਹੋ ਕੇ ਫਿਰ ਆ ਕੇ ਘਰ ਦਾ ਕੰਮ ਨਿਬੇੜ ਲਿਆ ਹੋਰ ਸੁਣਾਓ ਚੱਲ ਬਹੁਤ ਵਧੀਆ ਕੀਤਾ ਗੁਲਾਬੋ ਥੈਂਕ ਯੂ ਚੰਗਾ ਜੀ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ ਅਗਲਾ ਫੋਨ ਹੈਲੋ ਦੱਸ ਦੇ ਦਿਲੂੰਗੀ ਕਦੇ ਨਹੀਂ ਸਿਉਣੀ ਹੈਲੋ ਹੈਲੋ ਹੈ ਦੇਖੀ ਟੀ ਮੇਰੇ ਨਾਲ ਨਾ ਫੋਨ ਤੇ ਗੱਲ ਕਰ ਲਓ ਟੀਵੀ ਦੀ ਆਵਾਜ਼ ਨੂੰ ਬਿਲਕੁਲ ਬੰਦ ਕਰ ਦਿਓ ਬਾਅਦ ਚ ਰਿਪੀਟ ਦੇਖ ਲਿਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੈਲੋ ਸਸ ਟੀਵੀ ਦੀ ਆਵਾਜ਼ ਨੂੰ ਬੰਦ ਕਰ ਦਿਓ ਹੈਲੋ ਹਾਂਜੀ ਮੈਂ ਕਿਹਾ ਤੁਸੀਂ ਟੀਵੀ ਦੀ ਆਵਾਜ਼ ਨੂੰ ਜਮਾਈ ਬੰਦ ਕਰੋ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੌਣ ਬੋਲਦੇ ਹੋ ਜੀ ਗਲਾ ਇਹਨਾਂ ਨੇ ਟੀਵੀ ਦੀ ਆਵਾਜ਼ ਨਹੀਂ ਬੰਦ ਕਰਨੀ ਗੁਲਾਬੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਰ ਪਹਿਲਾਂ ਟੀਵੀ ਦੀ ਆਵਾਜ਼ ਨੂੰ ਬੰਦ ਕਰੋ ਕੱਲੀ ਫੋਨ ਤੇ ਗੱਲ ਕਰੋ ਹੋਰ ਗੁਲਾਬੋ ਕਿਵੇਂ ਆ ਬਸ ਸੋਹਣੀ ਲੱਗਦੀ ਆ ਮੈਂ ਤਾਂ ਠੀਕ ਆ ਜੀ ਜਦੋਂ ਵੀ ਨਾ ਤੁਸੀਂ ਫੋਨ ਕਰਦੇ ਹੋ ਨਾ ਟੀਵੀ ਦੀ ਆਵਾਜ਼ ਨੂੰ ਬੰਦ ਕਰ ਦਿਆ ਕਰੋ ਤੇ ਟਾਈਮ ਹੀ ਵੇਸਟ ਹੁੰਦਾ ਓਕੇ ਹੈ ਨਾ ਕੀ ਕੋਈ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਪਰਮਜੀਤ ਪਰਮਜੀਤ ਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਮੈਂ ਸੈਟਲ ਚ ਬੋਲਦੀ ਆ ਸੈਟਲ ਤੋਂ ਬੋਲਦੇ ਹੋ ਅੱਛਾ ਸੈਟਲ ਤੋਂ ਸਾਡੀ ਤਾਂ ਇੱਥੇ ਸੈਟਲਮੈਂਟ ਨਹੀਂ ਹੁੰਦੀ ਤੁਸੀਂ ਸੈਟਲ ਤੋਂ ਬੋਲਦੇ ਹੋ ਹਨਾ ਤੇਰੇ ਨਖਰੇ ਬਹੁਤ ਸੋਹਣੇ ਲੱਗਦੇ ਆ ਨਖਰੇ ਆ ਤਾਂ ਸਾਨੂੰ ਨਾ ਨਖਰੇ ਤਾਂ ਗੁੜਤੀ ਦੇ ਵਿੱਚ ਮਿਲੇ ਗੁੜਤੀ ਗੁੜਤੀ ਜੋ ਮੇਰੀ ਦਾਦੀ ਨੇ ਦੇਤੀ ਸੀ ਨਖਰੇ ਤਾਂ ਆਉਣੇ ਹੀ ਸੀ ਦੁਖੀ ਕਰ ਕਰਕੇ ਮੇਰਾ ਸਿਰ ਪੀੜ ਨੂੰ ਲਾਤਾ ਇੱਕ ਮਿੰਟ ਆ ਦੇਖ ਲੋ ਚੱਜ ਨਾਲ ਦੇਖ ਲੋ ਇਹਦੇ ਕਿਤੇ ਫੁੱਲਾਂ ਵਾਲਾ ਸੂਟ ਕਿਤੇ ਕੋਈ ਫੁੱਲ ਨਾ ਤੋੜ ਲਿਓ ਅੱਛਾ ਅੱਛਾ ਹੈ ਤਾਂ ਤੋੜਨ ਨਾਲ ਹੀ ਆਹੋ ਆ ਪਤਾ ਨਹੀਂ ਕਿੱਦਾਂ ਕੱਢ ਕੱਢ ਕੇ ਵਿਚਾਰੇ ਨੇ ਭੇਜੇ ਜਿੰਨੇ ਵੀ ਭੇਜੇ ਆ ਹੈਨਾ ਅੱਛਾ ਉਹ ਹੀ ਰਵਾਜ ਫੇਰ ਆ ਗਿਆ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਸੀ ਹਨ ਕਿਆ ਸੀ ਆਹੋ ਅਨਾਰਕਲੀਆਂ ਜੀਆਂ ਫੇਰ ਪਾਣੀਆਂ ਸ਼ੁਰੂ ਕਰਤੀਆਂ ਸਾਰਿਆਂ ਨੇ ਮੁੜ ਮੁੜ ਕੇ ਪਿਛਲੇ ਰਿਵਾਜ ਹੀ ਆਈ ਜਾਂਦੇ ਭੈਣ ਮੈਂ ਤਾਂ ਪਰਾਂਦੇ ਪਰੁੰਦੇ ਵੀ ਲਾਉਂਦੀ ਹੁੰਦੀ ਆ ਮੈਂ ਨਹੀਂ ਇਹ ਨਵੀਆਂ ਕਲਚਰਾਂ ਵਾਲੀਆਂ ਵਰਗੀ ਰਹਿ ਸਕਦੀ ਮੈਨੂੰ ਤਾਂ ਔਖਾ ਲੱਗਦਾ ਬਹੁਤ ਸੋਹਣੀ ਲੱਗਦੀ ਹੈ ਪਿਓਰ ਪੰਜਾਬਣ ਵਾਂਗੂ ਥੈਂਕ ਯੂ ਤੇ ਨਾ ਤੁਸੀਂ ਆਪਣਾ ਟਾਈਮ ਕਿਵੇਂ ਹੋਰ ਬਾਕੀ ਪਾਸ ਕਰਦੇ ਹੁੰਦੇ ਹੋ ਜਦੋਂ ਵਿਹਲੇ ਹੁੰਦੇ ਹੋ ਬਸ ਵਿਹਲੇ ਅਸੀਂ ਰਹਿੰਦੇ ਹੀ ਨਹੀਂ ਗੁਲਾਬੋ ਰਹਿੰਦੇ ਹੀ ਨਹੀਂ ਇੱਕ ਮਿੰਟ ਮੈਂ ਨਾ ਜਦ ਆਪਣੀ ਦਾਦੀ ਨੂੰ ਦੱਸਦਾ ਵੀ ਦੇਖ ਇਹ ਦਾਦੀ ਦੇਖ ਬਾਹਰੋਂ ਫੋਨ ਆਇਆ ਉਹ ਕਹਿੰਦੇ ਅਸੀਂ ਇੱਕ ਮਿੰਟ ਨਹੀਂ ਵਿਹਲੇ ਰਹਿੰਦੇ ਤੂੰ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਹੈ ਨਾਲੇ ਬੇਬੀ ਤੂੰ ਵੀ ਭੈਣ ਵੀ ਹੈਗੀ ਮੇਰੀ ਅੰਦਰ ਹੀ ਛੋਟੀ ਤੁਹਾਨੂੰ ਟਿਕਟ ਮਿਲ ਜੂਗੀ ਉਹ ਵੀ ਭੈਣ ਨੇ ਕਿੰਨੇ ਕਿ 200 ਰੁਪਈਏ ਦੀ ਟਿਕਟ ਹਾਏ ਰੱਬਾ ਕਿਆ ਕਿਹਾ ਤੂੰ ਮੈਂ ਤੇਰੀ ਗੱਲ ਹੀ ਨੀ ਪੱਲੇ ਪਈ ਅੱਛਾ ਅੱਛਾ ਲੈ ਕਹਿੰਦਾ ਇੱਕ ਫੋਨ ਆਇਆ ਸੀ ਹੋਰ ਤੇ ਫੋਨ ਕੱਟ ਗਿਆ ਖੈਰ ਕੋਈ ਗੱਲ ਨਹੀਂ ਹੁਣ ਤੁਸੀਂ ਵੀ 3472521232 ਆ ਸਾਡਾ ਨੰਬਰ ਇਹਦੇ 'ਤੇ ਫੋਨ ਕਰ ਸਕਦੇ ਹੋ ਸਾਨੂੰ ਪਰ ਨਾ ਹੁਣ ਤੁਸੀਂ ਮੈਨੂੰ ਫੋਨ ਕਰਕੇ ਦੱਸਣਾ ਕਿਆ ਆ ਦੱਸਣਾ ਜਿਵੇਂ ਕਿ ਅੱਜ ਨਾ ਦੁਪਹਿਰ ਵੇਲੇ ਨਾ ਮੈਂ ਬਾਹਰ ਬੈਠੀ ਸੀ ਮੰਜਾ ਡਾ ਕੇ ਉੱਥੇ ਆ ਗਈਆਂ ਸਾਡੇ ਲਾਗੇ ਛਾਗੇ ਦੀਆਂ ਸਾਰੀਆਂ ਤੀਵੀਆਂ ਉੱਥੇ ਇਕੱਠੀਆਂ ਹੋ ਕੇ ਜੋ ਉਹਨਾਂ ਨੇ ਚੁਗਲੀਆਂ ਕੀਤੀਆਂ ਦਿਮਾਗ ਹੀ ਖਾ ਗਈਆਂ ਪਰ ਮੈਂ ਹੁਣ ਇੱਕ ਗੱਲ ਦੱਸਾਂ ਮੈਂ ਤਾਂ ਸੋਚ ਲਿਆ ਮੈਂ ਅੱਜ ਤੋਂ ਬਾਅਦ ਨਾ ਪੂਰੀ ਸਰਦੀ ਭਾਵੇਂ ਲੰਘ ਜੇ ਮੈਂ ਦੁਪਹਿਰੇ ਬਾਹਰ ਮੰਜਾ ਉਡਾ ਕੇ ਨਹੀਂ ਬਹਿਣਾ ਪਰ ਨਾ ਜਿਹੜੀ ਬਾਹਰਲੇ ਮੁਲਕਾਂ 'ਚ ਰਹਿੰਦੇ ਹੁੰਦੇ ਇਹਨਾਂ ਕੋਲ ਤਾਂ ਮੰਜੀ ਉਡਾਉਣ ਦੀ ਬਾਹਰ ਸੜਕਾਂ 'ਤੇ ਆਪਸ਼ਨ ਹੀ ਹੈ ਨਹੀਂ ਹੋਰ ਤਾਂ ਛੱਡੋ ਮੈਂ ਤਾਂ ਬਹੁਤ ਬਹੁਤ ਦੁੱਖ ਲੱਗਾ ਇਹ ਸੁਣ ਕੇ
ਕਿੰਨੇ ਸਹੀ ਨਹੀਂ ਪਾਲ ਸਕਦੇ ਪਰਸਨਲ ਤੁਸੀਂ, ਹਾਏ ਕਿੰਨਾ ਔਖਾ ਹੁੰਦਾ। ਹੁਣ ਅਗਲਾ ਫੋਨ ਆ ਗਿਆ। ਹੈਲੋ ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਕੌਣ ਬੋਲਦੇ ਜੀ? ਹਾਏ ਜੀ, ਮੈਂ ਤਾਂ ਗੁਲਾਬੋ ਬੋਲਦੀ ਹਾਂ, ਤੁਸੀਂ ਕੌਣ ਬੋਲਦੇ ਜੀ, ਕਿੱਥੋਂ ਬੋਲਦੇ? ਮੈਂ ਜੀ ਬਿੰਦਰ ਬੋਲਦਾ ਜੀ, ਕੈਲਗਰੀ ਤੋਂ, ਕੈਨੇਡਾ ਤੋਂ। ਬਿੰਦਰ ਜੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਪਹਿਲੀ ਵਾਰੀ ਫੋਨ ਲਾਇਆ ਲੱਗਦਾ? ਹਾਂਜੀ ਹਾਂਜੀ, ਪਹਿਲੀ ਵਾਰੀ। ਅੱਛਾ, ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ? ਸਾਡੀ ਭੂਆ ਕਾਤੇ ਕੁੱਟੀ ਫਿਰ? ਹਾਂ ਜੀ, ਸਾਡੀ ਭੂਆ ਕਾਤੇ ਕੁੱਟੀ, ਕਾਤੇ ਫਿਰ ਟ੍ਰੇਨ ਤੇ ਬਿਠਾਤੀ, ਫਿਰ ਆਊਗੀ ਇੱਥੇ ਪਸੂੜੀਆਂ ਪਾਣ ਨੂੰ। ਉਹ ਗੱਲਾਂ ਹੀ ਇਦਾਂ ਦੀ ਕਰਦੀ ਸੀ ਉਹ? ਗੱਲਾਂ ਕਰਦੀ ਸੀ, ਦਾਰੂ ਘੱਟ ਪੀ ਲੈਣੀ ਸੀ। ਨਾ ਦਾਰੂ ਕਿਤੇ ਪੀਂਦਾ, ਮੈਂ ਤਾਂ ਉਸ ਮੰਮੀ ਆ। ਗੱਲਾਂ ਹੀ ਆ ਗੱਲਾਂ ਹੀ। ਆਹੋ ਆ ਤਾਂ ਵੀਰ, ਮੈਨੂੰ ਤਾਂ ਫੋਨ ਹੀ ਕੱਟ ਗਿਆ ਫੁੱਫੜ ਦਾ। ਆ ਬਿੱਲ ਆ ਗਿਆ ਹੋਣਾ, ਨਹੀਂ ਇੰਨਾ ਜਿਹਾ ਕੱਟਤਾ। ਅਗਲਾ ਫੋਨ, ਹੈਲੋ ਹੈਲੋ, ਮੈਂ ਕਿਹਾ ਬੋਲ ਪਾਓ ਜੀ। ਹੈਲੋ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ। ਕੌਣ ਬੋਲਦੀ ਹੈ, ਕਿੱਥੋਂ ਬੋਲਦੇ? ਮੈਂ ਰਵਨੀਤ ਕੌਰ, ਕੈਲੀਫੋਰਨੀਆ ਤੋਂ। ਰਵਨੀਤ ਸਤਿ ਸ੍ਰੀ ਅਕਾਲ, ਕੀ ਹਾਲ ਹੈ? ਬਸ ਵਧੀਆ, ਤੁਸੀਂ ਸੁਣਾਓ ਆਪਣਾ। ਮੇਰਾ ਕਾਹਦਾ ਹਾਲ ਹੈ, ਮੇਰਾ ਤਾਂ ਤੁਹਾਨੂੰ ਸਾਰਿਆਂ ਨੂੰ, ਮੇਰਾ ਤਾਂ ਕਿਸੇ ਤੋਂ ਲੁਕਿਆ ਹੀ ਹੈ ਨਹੀਂ, ਮੇਰਾ ਤਾਂ ਆਹੀ ਹਾਲ ਹੈ ਸਾਰਾ ਦਿਨ। ਬੜੇ ਸੋਹਣੇ ਲੱਗਣ ਦੇ ਅੱਜ ਤੁਸੀਂ। ਮੈਂ ਸੋਹਣੀ ਤਾਂ ਮੈਂ ਕਾਹਦੀ ਲੱਗਦੀ ਪਈ ਹਾਂ, ਮੈਂ ਤਾਂ ਬਸ ਸੋਹਣੀ ਨਕਲੀ ਰੂਪ ਚਾੜੇ, ਸੋਹਣੀ ਤਾਂ ਲੱਗਦੀ ਪਈ, ਅੰਦਰੋਂ ਤਾਂ ਦੁਖੀ ਹਾਂ ਮੈਂ। ਰਾਮਲੀਲਾ ਚ ਬਣਦਾ ਇਹ ਉਹਦਾ ਆ, ਹੈ ਆ ਮੇਰਾ ਆ, ਆ ਵੀ ਮੇਰਾ ਆ, ਆ ਸਾਡੇ ਦਾਦੇ ਦੀ ਲੂੰਗੀ ਆ, ਆ ਵੀ ਦੇਖੋ ਆ ਮੇਰੀ ਭੂਆ ਦਾ, ਆ ਨਿੱਕਾ ਨਿਆਣਾ ਘਰ ਚ ਉਹਦਾ ਆ। ਅੱਛਾ, ਭੂਆ ਨੇ ਸ਼ੁੱਕਰਵਾਰ ਨੂੰ ਆਣਾ ਸੀ, ਆਪੇ ਨੂੰ ਨਾ ਯਾਦ ਕਰਾਓ, ਬਹੁਤ ਔਖਾ ਕਰਦੀ ਹੈ ਭੂਆ। ਦਾਦੀ ਦੀ ਦਾਲ ਨੀ ਮਰੀ ਵਾਲੇ? ਦਾਦੀ ਦੀ ਦਾਲ ਨੀ, ਦਾਦੀ ਨੇ ਕੁੱਕੜ ਚਾੜਤਾ, ਕੁੱਕੜ ਵਿਚਾਰਾ ਅੰਦਰ ਕੂੰ 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 ਕਰੀ ਜਾਂਦਾ, ਪਤਾ ਨੀ ਕਿੱਥੋਂ ਫੜ ਕੇ ਲੈ ਆਈ, ਵੱਢਤਾ, ਬਣਾਤਾ, ਧਰਤਾ, ਖਾਊਗੀ ਹੁਣ ਕੁੱਕੜ, ਫਿਰ ਉਸ ਤੋਂ ਬਾਅਦ ਉਹ ਚ ਜਾਨ ਆਊਗੀ, ਦਾਦੇ ਨਾਲ ਕਲੇਸ਼ ਕਰੂਗੀ। ਅੱਛਾ ਮੇਰੀ ਗੱਲ ਸੁਣੋ, ਤੁਹਾਡੀ ਉਮਰ ਕਿੰਨੀ ਹੈ? ਮੈਨੂੰ ਤਾਂ ਬਹੁਤ ਘੱਟ ਲੱਗਦੀ ਹੈ। ਮੇਰੀ 16 ਸਾਲ 16, ਸਵੀਟ 16, ਹੈ ਨਾ? ਹਾਂਜੀ। ਅੱਛਾ, ਆ ਫਿਰ ਆ ਵਾਲੀ ਉਮਰ 'ਚ ਫਰੈਂਡ ਬਹੁਤ ਹੁੰਦੇ ਆ, ਆਪਸ 'ਚ ਕਿੱਦਾਂ ਟਾਈਮ ਪਾਸ ਕਰਦੇ ਹੁੰਦੇ ਤੁਸੀਂ, ਇੱਕ ਦੂਜੇ ਨੂੰ ਮਿਲ ਕੇ ਜਾਂਦੇ ਹੁੰਦੇ ਆ? ਸਕੂਲ ਜਾਂਦੀ, ਵੇਲ ਹੀ ਨਹੀਂ ਲੱਗਦਾ। ਲੈ, ਸਕੂਲ 'ਚ ਕੋਈ ਨਾ, ਫਿਰ ਸਕੂਲ 'ਚ ਤੁਹਾਡੇ ਨਹੀਂ, ਸਕੂਲ 'ਚ ਬਾਹਰ ਕਿਤੇ ਟਾਟ ਜਿਹਾ ਡਾ ਕੇ ਬਾਹਰ ਧੁੱਪਾਂ 'ਚ ਬਿਠਾਉਂਦੇ ਨਹੀਂ ਹੁੰਦੇ? ਨਹੀਂ ਨਹੀਂ, ਇੱਥੇ ਨਹੀਂ ਬਿਠਾਉਂਦੇ। ਲੈ, ਸਾਡੇ ਤਾਂ ਇੱਥੇ ਬਿਠਾਉਂਦੇ ਹੁੰਦੇ ਨਿਆਣਿਆਂ ਨੂੰ ਚਲੋ ਕੋਈ ਗੱਲ ਨੀ, ਮੇਰੀ ਗੱਲ ਸੁਣੋ, ਜਦੋਂ ਇੰਡੀਆ ਆਏ ਨਾ, ਆਇਓ, ਮੈਂ ਤੁਹਾਨੂੰ ਸਕੂਲੇ ਇੱਥੇ ਲੈ ਕੇ ਚੱਲੂ, ਇੱਥੇ ਨਜ਼ਾਰੇ ਦਿਖਾਊ ਤੁਹਾਨੂੰ ਮੈਂ। ਚੰਗਾ ਬੁੱਗੇ, ਸਤਿ ਸ੍ਰੀ ਅਕਾਲ। ਅਗਲਾ ਫੋਨ, ਹੈਲੋ 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 ਹਾਂ ਹੈਲੋ ਕਹਿੰਦੀ ਆ ਹੈਲੋ ਹੈਲੋ, ਦੇਖੀ ਬੋਲ ਪਾ, ਫੋਨ ਤੇ ਗੱਲ ਕਰ ਲਓ ਮੇਰੇ ਨਾਲ। ਨਹੀਂ ਬੋਲਦਾ, ਹਾਏ ਵੇ ਕਿਉਂ ਨਹੀਂ ਬੋਲਦਾ, ਦਿਲਾਂ ਦੀ ਕੁੰਡੀ ਨੂੰ ਹਾਏ ਵੇ ਕਿਉਂ ਨਹੀਂ ਖੋਲਦਾ। ਹੈਲੋ, ਦੇਖੀ ਹੈਲੋ ਹੈਲੋ ਕਰਕੇ ਤੇ ਫੋਨ ਹੀ ਕੱਟ ਛੱਡਿਆ। ਖੈਰ ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ, ਪਰ ਗੱਲਾਂ ਵਿੱਚੋਂ ਗੱਲ ਇਹ ਆ ਕਿ ਨਾ ਟਾਈਮ ਪਾਸ ਕਰਨਾ ਸੱਚੀ ਬਹੁਤ ਔਖਾ ਹੈ, ਔਰ ਨਾ ਜਦੋਂ ਤੱਕ ਤੁਸੀਂ ਘਰ ਦੇ ਵਿੱਚ ਹੋ ਉਦੋਂ ਤੱਕ ਕੰਮਾਂ ਕਾਰਾਂ 'ਚ ਲੱਭ ਜਾਂਦਾ, ਲੇਕਿਨ ਜਿਹੜੇ ਵਿਹਲੇ ਰਹਿੰਦੇ ਆ ਉਹਨਾਂ ਦਾ ਟਾਈਮ ਕਿਵੇਂ ਪਾਸ ਹੁੰਦਾ। ਅਤੇ ਮੈਨੂੰ ਲੱਗਦਾ ਅਗਲਾ ਫੋਨ ਆਇਆ ਨਹੀਂ, ਕੱਟ ਗਿਆ, ਜਾਂ ਪਤਾ ਨਹੀਂ ਆਇਆ ਹੀ ਹੈ ਨਹੀਂ। ਆ ਗਿਆ ਫੋਨ,
ਓਹੋ ਚੱਲ ਕੋਈ ਗੱਲ ਨਹੀਂ ਬਬਲੂ, ਆਜੂ ਆਜੂ, ਔਖੇ ਨਹੀਂ ਹੋਣਾ, ਸੌਖੇ ਵੀ ਨਹੀਂ ਹੋਣਾ, ਕਿਉਂਕਿ ਮੈਨੂੰ ਤਾਂ ਔਖਾ ਕੀਤਾ ਪਿਆ ਇਹਨਾਂ ਨੇ। ਕੋਈ ਤਾਂ ਆਵੇ ਸੌਖਾ ਕਰਨ ਵਾਲਾ, 347-252-1232 ਆਹ ਸਾਡਾ ਨੰਬਰ ਹੈ। ਅਤੇ ਨਾ ਅੱਜ ਮੈਨੂੰ ਸਾਰਿਆਂ ਨੇ ਆਪਣੀਆਂ ਆਪਣੀਆਂ ਗੱਲਾਂ ਦੱਸੀਆਂ। ਕੋਈ ਕਹਿੰਦਾ ਅਸੀਂ ਜੋਬਾਂ 'ਤੇ ਜਾਂਦੇ ਹਾਂ, ਸਾਡੇ ਕੋਲ ਤਾਂ ਵੇਲ ਹੀ ਨਹੀਂ ਹੁੰਦੀ ਕੋਈ ਚੁਗਲੀ ਕਰਨ ਦੀ। ਅਗਲਾ ਫੋਨ, ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜਿਹੜੇ ਤੁਸੀਂ ਹੁਣ ਬੱਚਿਆਂ ਦੀ ਗੱਲ ਕਰਦੇ ਸੀ, ਬੱਚੇ ਇੱਥੇ ਬੈਂਚਾਂ ਤੇ ਬੈਠਦੇ ਆ, ਕੁਰਸੀਆਂ ਤੇ ਬੈਠਦੇ ਆ, ਤੇ ਬਾਹਰਲਾ ਸਿਆਪਾ ਕਰੋ, ਤਾਂ ਨਿਆਣੇ ਜਾਂ ਸ਼ੀਸ਼ਾ ਵੀ ਖਾ ਗਿਆ। ਸਾਡੀ ਮਸ਼ੀਨ ਵੀ ਚੱਲ ਗਈ, ਇਹ ਸਿਲਾਈ ਵਾਲੀ ਮਸ਼ੀਨ, ਤਾਂ ਹੀ ਤਾਂ ਮੈਂ ਹੱਥਾਂ ਨਾਲ ਕਰਦੀ ਪਈ ਆ। ਅੱਛਾ, ਅੱਜ ਤਾਂ ਤੂੰ ਬਹੁਤ ਸੋਹਣੇ ਕੱਪੜੇ ਕੱਢ ਕੱਢ ਕੇ ਪਾਉਣੀ, ਸੂਟ ਬਹੁਤ ਸੋਹਣਾ ਪਾਇਆ ਮੇਰਾ ਬੇਟਾ। ਥੈਂਕ ਯੂ ਜੀ, ਥੈਂਕ ਯੂ। ਮੈਂ ਤੁਹਾਨੂੰ ਕਿਆ ਦੱਸਾਂ, ਮੰਗਵੇਂ ਕੱਪੜੇ ਆ ਜੀ, ਸਾਡਾ ਤਾਂ ਦਾਦਾ ਨਾ ਸਾਰੇ ਪੈਸੇ ਖਰਚ ਦਿੰਦਾ, ਕੋਈ ਕਿਸੇ ਨੂੰ ਨਵੀਂ ਚੀਜ਼ ਨਹੀਂ ਲੈਣ ਦਿੰਦਾ। ਏਦਾਂ ਤਾਂ ਹੈ ਨਹੀਂ ਬੇਟਾ, ਬਹੁਤ ਮਹਿੰਗਾ ਸੂਟ ਪਾਇਆ ਤੂੰ। ਮੈਂ ਮਹਿੰਗਾ ਮੰਗਵਾਇਆ ਜੀ। ਅੱਛਾ ਗੁਲਾਬੋ, ਤੂੰ ਮੈਂ ਕਿਹਾ ਮਾਲਵੇ ਨੂੰ ਬੁਲਾਉਂ ਕਰਦੀ ਹੈ, ਕਦੇ ਕਦੇ ਵੀਰਾ ਕਹਿੰਦੀ ਹੈ ਨਾ। ਨਾ 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 ਨਾ, ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੀ, ਆਹ ਤਾਂ ਸਾਰਿਆਂ ਨੂੰ ਭੁਲੇਖਾ, ਮੈਂ ਤਾਂ ਪੈਦਾਇਸ਼ ਹੀ ਚੰਡੀਗੜ੍ਹ ਦੀ ਹੈ ਮੇਰੀ, ਇੱਥੇ ਹੀ ਜੰਮੀ ਹਾਂ ਚੰਡੀਗੜ੍ਹ 'ਚ ਮੈਂ। ਬਾਜੀ ਬਾ, ਚੰਡੀਗੜ੍ਹ ਤਾਂ ਸ਼ਹਿਰ ਬਹੁਤ ਵਧੀਆ ਹੈ ਜੀ। ਸ਼ਹਿਰ ਤਾਂ ਬਹੁਤ ਵਧੀਆ, ਪਰ ਮੈਂ ਵਿਚਾਰੀ ਦੇਸੜ ਪਤਾ ਨਹੀਂ ਕਿੱਥੇ ਜਾਮਗੀ ਇੱਧਰ। ਮੇਰੇ ਤਾਂ ਘਰਦਿਆਂ ਨੂੰ ਵੀ ਕਹਿੰਦੇ ਵੀ ਹਾਏ ਓਏ ਰੱਬਾ, ਇਹੋ ਜਿਹੀ ਦੇਸੜ, ਇਹੋ ਜਿਹੀ ਦੇਸੜ, ਸਾਡੇ ਪੱਲੇ ਕਿੱਥੇ ਪੈ ਗਈ। ਚੰਡੀਗੜ੍ਹ ਤਾਂ ਬਹੁਤ ਵਧੀਆ ਬੇਟਾ ਸ਼ਹਿਰ ਆ। ਹਾਂਜੀ, ਚੰਡੀਗੜ੍ਹ ਤਾਂ ਬਹੁਤ ਵਧੀਆ ਸ਼ਹਿਰ ਆ, ਪਰ ਇੱਥੇ ਵੀ ਨਾ ਚੁਗਲੀਆਂ ਕਰਨੋਂ ਨਹੀਂ ਹਟਦੀਆਂ, ਜਦੋਂ ਦੁਪਹਿਰ ਵੇਲੇ ਇਕੱਠੀਆਂ ਹੁੰਦੀਆਂ ਨਾ ਸਾਰੀਆਂ, ਬਹੁਤ ਚੁਗਲੀਆਂ ਕਰਦੀਆਂ ਜੀ, ਟਾਈਮ ਨਹੀਂ ਇਹਨਾਂ ਦਾ ਪਾਸ ਹੁੰਦਾ, ਬਗੈਰ ਚੁਗਲੀਆਂ ਦੇ ਇਹਨਾਂ ਨੂੰ ਰੋਟੀ ਨਹੀਂ ਹਜ਼ਮ ਹੁੰਦੀ। ਬੇਟਾ ਜਿਹੜਾ ਹੁਣ ਟੈਲੀਫੋਨ ਇੰਨਾ ਦੁਨੀਆ 'ਤੇ ਹਾਂਜੀ ਆ ਗਿਆ ਹੈਗਾ, ਉਹਨਾਂ ਫਿਰ ਚੁਗਲੀਆਂ ਤਾਂ ਕਰਨੀਆਂ ਹੀ ਆ ਲੋਕਾਂ ਨੇ। ਆਹ ਵੀ ਹੈਗਾ ਜੀ, ਇੱਕ ਤਾਂ ਕਾਲਾਂ ਨਾ ਸਸਤੀਆਂ ਵੀ ਬਹੁਤ ਹੋਈਆਂ ਪਈਆਂ ਇੱਥੇ, ਤਾਂ ਫ੍ਰੀ ਵੀ ਕਰਾਈ ਚਲੀ ਜਾਂਦੇ ਆ, ਤਾਂ ਵੀ ਕਰ ਲੈਂਦੇ ਹੁੰਦੇ ਚੁਗਲੀਆਂ। ਪਰ ਮੈਂ ਤਾਂ ਕਹਿੰਦੀ ਹਾਂ ਵੀ ਚੁਗਲੀਆਂ ਨਾਲੋਂ ਚੰਗਾ ਤਾਂ ਘਰ ਦੇ ਕੰਮ ਕੁੰਮ ਨਿਬੇੜ ਲੈਣੇ ਚਾਹੀਦੇ, ਹੈ ਨਾ। ਹਾਂਜੀ, ਅਤੇ ਭੂਆ ਦੇ ਨਾਲ ਫੁੱਫੜ ਨਹੀਂ ਆ ਰਿਹਾ? ਭੂਆ ਦੇ ਨਾਲ ਫੁੱਫੜ ਆਈ, ਫੁੱਫੜ ਨੇ ਪਹਿਲਾਂ ਵਿੱਚ ਫੋਨ ਤਾਂ ਲਾਇਆ ਸੀ, ਕੈਲਗਰੀ ਤੋਂ ਬੈਠੇ ਮੇਰੇ ਫੁੱਫੜ ਨੇ ਪਤਾ ਨਹੀਂ ਕਿੱਥੇ ਪਹੁੰਚ ਗਏ, ਸਾਡੀ ਭੂਆ ਨੂੰ ਬਿਹਾਰ ਤੋਂ ਇੱਥੇ ਟ੍ਰੇਨ 'ਤੇ ਭੇਜਤਾ। ਅੰਕਲ ਜੀ, ਮੈਂ ਤਾਂ ਬਹੁਤ ਔਖੀ ਹਾਂ ਜੀ, ਸਾਡੀ ਭੂਆ ਤਾਂ ਬਸ ਸਿਆਪਾ ਹੀ ਹੈ ਜੀ। ਭੂਆ ਦੇ ਨਾਲ ਆਊਗਾ ਫੁੱਫੜ, ਫਿਰ ਗੁਲਾਬੋ ਖਾਊਗੀ ਕੁੱਕੜ। ਹਾਏ ਹੋਏ, ਤੁਸੀਂ ਤਾਂ ਕੁੱਕੜ ਤੱਕ ਪਹੁੰਚ ਗਏ, ਮੈਂ ਤੁਹਾਨੂੰ ਕਿਹਾ ਦੱਸਾਂ, ਸਾਡੇ ਤਾਂ ਸਾਰਿਆਂ ਦੀ ਚੂੰ ਚੂੰ ਕਢਾ ਦਿੰਦੀ ਹੈ ਸਾਡੀ ਭੂਆ। ਥੈਂਕ ਯੂ ਬੇਟਾ, ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੀ ਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵੀ ਛੇਤੀ ਆਉਂਦੀ ਹਾਂ ਅਮੈਰੀਕਾ। ਅਗਲਾ ਫੋਨ ਆ ਗਿਆ, ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਜੀ, ਕਿੱਥੋਂ ਬੋਲਦੇ? ਹਾਂਜੀ, ਮੈਂ ਪਰਮਜੀਤ ਬੋਲਦੀ, ਕਲੀਵਲੈਂਡ ਤੋਂ ਓਹਾਇਓ। ਅੱਛਾ ਜੀ, ਪਰਮਜੀਤ ਜੀ, ਮੈਨੂੰ ਗੱਲ ਦੱਸ ਦਿਓ ਹੁਣ, ਤੁਸੀਂ ਸੱਚੀ ਸੱਚੀ ਮੈਨੂੰ ਦੱਸਿਓ ਕਿ ਤੁਹਾਡੇ ਉੱਥੇ ਵਾਕਈ ਨਹੀਂ ਮੰਜੇ ਡਾ ਸਕਦੇ ਘਰਾਂ ਦੇ ਬਾਹਰ ਧੁੱਪਾਂ 'ਚ? ਹਾਂਜੀ ਹਾਂਜੀ, ਇੱਥੇ ਓਦਾਂ ਸਨ ਰੂਮ ਬਣੇ ਹੁੰਦੇ ਆ, ਬਾਹਰ ਡੈੱਕ ਬਣੇ ਹੁੰਦੇ ਆ, ਧੁੱਪੇ ਬਹਿ ਕੇ ਤੁਸੀਂ ਬੈਠ ਸਕਦੇ। ਲੈ, ਪਰ ਇੱਥੇ ਕੋਈ ਵੀ ਬਾਹਰ ਮੰਜੇ ਨਹੀਂ ਡਾਉਂਦੇ, ਕੋਈ ਵੀ ਉਸ ਤਰ੍ਹਾਂ ਇੰਡੀਆ ਨਹੀਂ ਰੱਖ ਸਕਦੇ ਲੰਗਰ ਵਗੈਰਾ, ਇੱਥੋਂ ਦਾ ਡਿਫਰੈਂਟ ਸਿਸਟਮ ਹੈ ਸਾਰਾ, ਉਹਨਾਂ ਨੇ ਬੜੀ ਚੰਗੀ ਤਰ੍ਹਾਂ ਸਿਸਟਮ ਬਣਾਇਆ ਲੋਕਾਂ ਨੂੰ, ਸਾਡੇ ਤੇ ਮੰਜਾ ਰੂਲ ਦੇ ਵਿੱਚ ਰੱਖਿਆ। ਤੁਸੀਂ ਤਾਂ ਕਹਿੰਦੇ ਸਨ ਰੂਮ ਬਣਾਇਆ ਹੈ, ਸਾਡੇ ਇੱਥੇ ਤਾਂ ਮੰਜਾ ਕਿਤੇ ਬਾਹਰ ਰਹਿ ਜਾਣਾ, ਧੁੱਪਾਂ 'ਚ ਅਗਲੀ ਸਵੇਰ ਨੂੰ ਚੋਰੀ ਹੋਇਆ ਹੁੰਦਾ, ਮੈਂ ਤਾਂ ਸੰਗਲ ਪਾ ਕੇ ਰੱਖਦੀ ਹੁੰਦੀ ਹਾਂ ਜੀ। ਹਾਂਜੀ ਹਾਂਜੀ, ਇੱਥੇ ਨਹੀਂ ਇਸ ਤਰ੍ਹਾਂ ਹੁੰਦਾ, ਭਾਵੇਂ ਬਾਹਰ ਕੀਮਤੀ ਸਮਾਨ ਵੀ ਪਿਆ ਰਹੇ, ਉਹਦੇ ਨਾਲ ਕਲੇਸ਼ ਕਰ ਲਿਆ, ਉਹਦੀ ਉਹਦੇ ਪੜੋਸੀ ਨਾਲ ਲੜਾਈ ਹੋ ਗਈ, ਆ ਮਕਾਨ ਮਾਲਕ ਨੇ ਘਰੋਂ ਕੱਢ ਤੇ, ਏਦਾਂ ਕਰਕੇ। ਹਾਂਜੀ ਨਹੀਂ, ਇੱਥੇ ਸਾਰੇ ਕੰਮਾਂ ਦਾ, ਲੋਕਾਂ ਦੇ ਕੰਮ ਦਾ ਵੱਖਰਾ ਵੱਖਰਾ ਟਾਈਮ ਆ। ਅੱਛਾ, ਹਾਂਜੀ, ਕੋਈ ਕਿਸੇ ਦੀ ਸਵੇਰ ਦੁਪਹਿਰ ਸ਼ਾਮ ਦੀ ਸ਼ਿਫਟ ਆ, ਤੇ ਬਾਕੀ ਜਿਹੜੀ ਫੋਨ ਵਾਲੀ ਗੱਲ ਹੋਈ ਸੀ, ਹਾਂਜੀ ਹਾਂਜੀ, ਪਹਿਲਾਂ ਇੱਕ ਭਾਈ ਸਾਹਿਬ ਗੱਲ ਕਰਨ ਡਏ ਸੀ, ਮੈਂ ਸੇਮ ਹੀ ਪੁਆਇੰਟ ਤੇ ਕਰਦੀ, ਇਹ ਚੁਗਲੀਆਂ ਟੈਲੀਫੋਨ ਨਾਲ ਜ਼ਿਆਦਾ ਵੱਧ ਗਈਆਂ, ਕਿਉਂਕਿ ਹੁਣ ਲੋਕੀ ਜਿਹੜੀ ਗੱਲ ਮਿਲ ਕੇ ਕਰਦੇ ਉਹਨਾਂ ਤੇ ਕਰਨ ਲੱਗ ਗਏ। ਆਹੋ, ਆਹ ਵੀ ਬਹੁਤ ਸਿਆਪਾ ਜੀ, ਆਹ ਹੁਣ ਦੇਖ ਲਓ, ਸਾਡੀ ਜਿਹੜੀ ਭੂਆ ਨਾ, ਉਹਦੀ ਨਾ ਮੇਰੀ ਜਿਹੜੀ ਦਾਦੀ ਆ,
ਉਹਦੇ ਨਾਲ ਬਹੁਤ ਜ਼ਿਆਦਾ ਬਣਦੀ ਹੈ, ਮੇਰੀ ਬੀਬੀ ਨਾਲ ਵੀ ਮਤਲਬ ਮੇਰੀ ਮੰਮੀ ਨਾਲ ਵੀ ਘੱਟ ਹੀ ਬਣਦੀ ਹੈ, ਪਰ ਦਾਦੀ ਨੇ ਹੀ ਭੂਆ ਵਿਗਾੜੀ ਆ ਫੋਨਾਂ 'ਤੇ ਗੱਲਾਂ ਮਾਰ ਮਾਰ ਕੇ, ਉਹਦੇ ਕਰਕੇ ਇੱਥੇ ਸਾਡੇ ਘਰੇ ਕੱਜੀਆਂ ਕਲੇਸ਼ ਪੈਣ ਲੱਗਾ, ਸ਼ੁਕਰਾਂ ਨੂੰ ਆਉਣ ਲੱਗੀ ਆ ਉਹ। ਹਾਂਜੀ ਹਾਂਜੀ, ਉਹਦਾ ਵੀ ਇੱਕ ਕਾਰਨ ਹੈ ਜੀ, ਜਿਹੜੀ ਭੂਆ ਆ ਕੇ ਗੱਲਾਂ ਕਰਦੀ, ਕਿਉਂਕਿ ਭੂਆ ਵੀ ਹੱਕ ਰੱਖਦੀ ਹੈ ਨਾ ਘਰ ਵਿੱਚ। ਹੱਕ ਤਾਂ ਰੱਖਦੀ ਹੈ, ਘਰੋਂ ਸਾਰਿਆਂ ਨੂੰ ਕਢਾ ਦੂ, ਦੇਖਿਓ ਮੇਰੀ ਬੇਬੇ ਦਾ ਕਿੱਦਾਂ ਜੁੰਡਾ ਪੱਟਣਾ ਬਾਪੂ ਨੇ ਉਦਣ। ਨਹੀਂ ਨਹੀਂ, ਮੇਰਾ ਖਿਆਲ ਏਦਾਂ ਨਹੀਂ ਕਰਦੇ। ਬਾਕੀ ਤੁਹਾਡਾ ਪ੍ਰੋਗਰਾਮ ਮੈਂ ਤੇ ਪਹਿਲੀ ਵਾਰੀ ਕਾਲ ਕੀਤੀ, ਪਰ ਅਸੀਂ ਦੇਖਦੇ ਹੁੰਦੇ ਆ। ਥੈਂਕ ਯੂ ਜੀ, ਥੈਂਕ ਯੂ। ਅੱਗੇ ਵੀ ਦੇਖਦੇ ਰਹੋ। ਤੁਹਾਡੀ ਡਰੈਸ ਵੀ ਬੜੀ ਸੋਹਣੀ ਹੈ, ਤੁਹਾਡੇ ਜਿਹੜੇ ਟੌਪਿਕ ਆ ਉਹ ਵੀ ਬਹੁਤ ਵਧੀਆ ਹੁੰਦੇ ਆ। ਥੈਂਕ ਯੂ ਜੀ। ਸਾਨੂੰ ਮਾਮਾ ਰੋਕੂ ਉੱਥੇ, ਟੈਨਸ਼ਨ ਨੀ ਲੈਣੀ, ਮੈਂ ਆਈ। ਹਾਂਜੀ ਹਾਂਜੀ, ਆ ਜਾਓ, ਅਸੀਂ ਇੱਕ ਦਿਨ ਵਾਸਤੇ ਕਹਿ ਦਾਂਗੇ ਕਿ ਅੱਜ ਨਾ ਤੁਸੀਂ ਕੋਈ ਟਿਕਟ ਵਗੈਰਾ ਨਾ। ਆਹੋ ਆਹੋ, ਆਪਾਂ ਡਿਕਲੇਅਰ ਕਰਾ ਦੇਣਾ, ਕੋਈ ਗੱਲ ਨੀ, ਇੱਥੋਂ ਸਿਫਾਰਿਸ਼ ਲਵਾ ਲੈਣੀਆਂ, ਉਹਦਾ ਕਿਆ ਕੁਛ ਨੀ ਹੁੰਦਾ। ਚੰਗਾ ਜੀ, ਸਤਿ ਸ੍ਰੀ ਅਕਾਲ। ਹਾਏ ਵੀ, ਮੈਨੂੰ ਤਾਂ ਅੱਜ ਇਹੋ ਜਿਹੀਆਂ ਗੱਲਾਂ ਪਤਾ ਲੱਗੀਆਂ, ਮੈਨੂੰ ਤਾਂ ਲੱਗਦਾ ਫੋਰਨ ਜਾ ਕੇ ਮੇਰਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਚਲਾ ਜਾ ਰਿਹਾ। ਇੱਕ ਲੋਕਾਂ ਦੇ ਮੈਸ ਹੈ ਨਹੀਂ, ਮੈਂ ਆਪਣੀ ਪ੍ਰਾਈਵੇਟ ਮੈਸ ਲੈ ਕੇ ਚੱਲ ਜੂੰ, ਦੂਜਾ ਕਿਸੇ ਨੂੰ ਮੰਜਾ ਨਹੀਂ ਡਾਣ ਦਿੰਦੇ, ਮੈਂ ਆਪਣੇ ਘਰ ਦੇ ਬਾਹਰ ਮੰਜਾ ਡਾਊਂ, ਸਾਰੀਆਂ ਤੀਵੀਆਂ ਨੂੰ ਉੱਥੇ ਟਿਕਟ ਲੈ ਕੇ ਬੁਲਾਊਂ, ਸਾਰਿਆਂ ਨੂੰ ਮੈਂ ਫੀਸ ਲਾ ਦੇਣੀ, ਉੱਥੇ ਦਾਦਾ ਬਾਹਰ ਖੜਾ ਕਰਦੇ, ਨਾਲੇ ਦਾਦੇ ਦੇ ਨਜ਼ਾਰੇ, ਨਾਲੇ ਆਪਣੇ ਨਜ਼ਾਰੇ। ਪਰ ਹਾਂ, ਆਹ ਨਜ਼ਾਰੇ ਹੁਣ ਤੁਸੀਂ ਪਤਾ ਕਦੋਂ ਟੁੱਟੋਂਗੇ? ਸ਼ੁੱਕਰਵਾਰ ਨੂੰ, ਕਿਉਂਕਿ ਸਾਡੀ ਭੂਆ ਨੇ ਆਉਣਾ ਨਾ ਉਦੋਂ। ਹੁਣ ਉਦੋਂ ਤੱਕ ਲਈ ਨਾ ਮੈਂ ਕਿਆ ਕਰਾਂ, ਘਰ ਦੀ ਹੋਰ ਸਾਫ਼ ਸਫਾਈ ਕਰ ਲਾਂ, ਜਾਲੇ ਜੁਲੇ ਜਿਹੇ ਲਾ ਲਾਂ, ਕਿਉਂਕਿ ਤਿਉਹਾਰ ਆਉਣ ਵਾਲੇ ਆ ਨਾ, ਅਤੇ ਉਦੋਂ ਤੱਕ ਲਈ ਤੁਸੀਂ ਸਾਰੇ ਵੀ ਨਾ ਹੁਣ ਆਪਣੇ ਘਰਾਂ ਦੀਆਂ ਸਫਾਈਆਂ ਕਰ ਲਓ, ਤਿਉਹਾਰ ਤੁਹਾਡੇ ਵੀ ਤੇ ਆਉਣੇ ਆ। ਮੈਂ ਕਹਿ ਦੀ ਸਾਰਿਆਂ ਨੂੰ ਨਾ, ਗੁਲਾਬੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।